ਚੰਗਾ ਜੀਵਨ ਸਾਥੀ ਸਾਡਾ ਚਿਹਰੇ ਤੋਂ ਹੀ ਹਾਲ ਜਿਹੜਾ ਹੈ ਉਹ ਪਛਾਣ ਲੈਂਦਾ। ਤਾਂ ਸਾਰੀ ਉਮਰ ਸਾਨੂੰ ਇੱਕ ਸਹਾਰਾ ਹੀ ਕਹਿ ਲਓ, ਇੱਕ ਸਹਾਰੇ ਦੀ ਲੋੜ ਹੁੰਦੀ ਹੈ ਜਿਸ ਨਾਲ ਅਸੀਂ ਸੁੱਖ ਦੁੱਖ ਕਰਨਾ ਹੈ। ਉਹ ਇਨਸਾਨ ਜੋ ਸਾਡਾ ਹਰ ਪਲ ਸਾਥ ਨਿਭਾਉਂਦਾ ਹੈ, ਸਾਥ ਦਿੰਦਾ ਹੈ, ਉਹਨੂੰ ਅਸੀਂ ਜੀਵਨ ਸਾਥੀ ਕਹਿੰਦੇ ਹਾਂ, ਠੀਕ ਹੈ। ਪਰ ਇਹਦੇ ਵਿੱਚ ਸਾਥ ਤਾਂ ਸਾਡੇ ਮਾਪੇ ਵੀ ਦਿੰਦੇ ਨੇ, ਸਾਡੇ ਭੈਣ ਭਰਾ ਵੀ ਦਿੰਦੇ ਨੇ, ਸਾਡੇ ਦੋਸਤ ਮਿੱਤਰ ਵੀ ਦਿੰਦੇ ਨੇ। ਇਹ ਇੱਕ ਐਸਾ ਫੈਸਲਾ ਆ ਜਿਹਦੇ ਵਿੱਚ ਕਿ ਆਪਾਂ ਬਹੁਤ ਜਲਦਬਾਜ਼ੀ ਕਰਕੇ ਵਿਆਹ ਕਰ ਲੈਂਦੇ ਹਾਂ, ਜ਼ਰੂਰੀ ਨਹੀਂ ਬੱਚਿਆਂ ਵੱਲੋਂ ਹੀ, ਕਈ ਵਾਰ ਪੇਰੈਂਟਸ ਵੱਲੋਂ ਵੀ ਇਹ ਗੱਲ ਹੋ ਜਾਂਦੀ ਹੈ। ਇੱਕ ਤੁਹਾਨੂੰ ਮੈਂ ਵਾਕਿਆ ਦੱਸਦੀ, ਬਸ ਥੋੜੇ ਦਿਨਾਂ ਦਾ ਹੈ। ਉਸ ਬੱਚੀ ਦੇ 7 ਬੈਂਡ ਆਏ ਸੀ। ਤੁਸੀਂ ਸੁਣ ਰਹੇ ਹੋ ਰੰਗ FM। ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ਾਮ ਦੀਨ। ਮੈਂ ਹਾਂ ਤੁਹਾਡੀ ਆਪਣੀ ਦੋਸਤ ਤੇ ਹੋਸਟ ਮਨਦੀਪ ਕੌਰ, ਤੇ ਤੁਹਾਡਾ ਆਪਣਾ ਪਸੰਦੀਦਾ ਸ਼ੋਅ ਲੈ ਕੇ ਹਾਜ਼ਰ ਹੋਏ ਹਾਂ ਰੰਗ FM ਰੇਡੀਓ ਤੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅਸੀਂ ਹਰ ਵਾਰ ਇੱਕ ਸਮਾਜਿਕ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਤੇ ਅੱਜ ਦਾ ਵਿਸ਼ਾ ਵੀ ਬਹੁਤ ਅਹਿਮ ਹੈ ਸਾਡੀ ਜ਼ਿੰਦਗੀ ਦੇ ਲਈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਸ਼ਰੀਕੇ ਹਯਾਤ ਦੀ ਚੋਣ, ਜੀਵਨ ਸਾਥੀ ਦੀ ਚੋਣ ਅਸੀਂ ਕਿਵੇਂ ਕਰ ਸਕਦੇ ਹਾਂ। ਤੇ ਇਸ ਸ਼ੋਅ ਦੇ ਵਿੱਚ ਮੈਨੂੰ ਅੱਗੇ ਵਧਣ ਤੋਂ ਪਹਿਲਾਂ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਤਾਰੁਫ ਕਰਾਵਾਂ ਤੁਹਾਡਾ, ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜੇ ਤੁਸੀਂ ਵੀ ਸਾਡੇ ਚੈਨਲ ਦੇ ਉੱਤੇ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ ਦੋਸਤੋ, ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਤੇ ਹੁਣ ਮੈਂ ਮਿਲਾਉਂਦੀ ਹਾਂ ਤੁਹਾਨੂੰ ਆਪਣੇ ਨਾਲ ਬੈਠੇ ਹੋਏ ਮੇਰੇ ਦੋਸਤ, ਜਿਨ੍ਹਾਂ ਤੋਂ ਬਿਨਾਂ ਕਿ ਮੈਂ ਇਹ ਸ਼ੋਅ ਅੱਗੇ ਵਧਾ ਨਹੀਂ ਸਕਦੀ, ਜੋ ਕਿ ਮੇਰੇ ਸ਼ੋਅ ਦਾ ਅੱਧ ਨੇ। ਮੇਰੇ ਨਾਲ ਨੇ ਅਰਸ਼ਪ੍ਰੀਤ ਕੌਰ ਸੋਆ ਜੀ। ਸਤਿ ਸ਼੍ਰੀ ਅਕਾਲ ਅਰਸ਼ਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਆਪਣੇ ਗੁਰਮੀਤ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਕਹਿੰਦੇ ਆ ਜੀ ਤੁਹਾਨੂੰ ਇਸ ਸ਼ੋਅ ਦੇ ਵਿੱਚ। ਹੋਰ ਸੁਣਾਓ, ਠੀਕ ਠਾਕ? ਹਾਂਜੀ, ਬਹੁਤ ਵਧੀਆ ਮੈਮ, ਤੁਸੀਂ ਦੱਸੋ। ਹਾਂਜੀ, ਜਿਸ ਤਰ੍ਹਾਂ ਕਿ ਅੱਜ ਦਾ ਜਿਹੜਾ ਆਪਣਾ ਸ਼ੋਅ ਹੈਗਾ ਇੱਕ ਮੈਰਿਜ ਦੇ ਆਧਾਰ ਤੇ ਸ਼ੋਅ ਹੈ, ਜਿਸ ਤਰ੍ਹਾਂ ਕਿ ਲਵ ਮੈਰਿਜ ਜਾਂ ਅਰੇਂਜ ਮੈਰਿਜ। ਇਹ ਇੱਕ ਸਾਡੇ ਜ਼ਿੰਦਗੀ ਦਾ ਅਹਿਮ ਫੈਸਲਾ ਹੈ, ਪਰ ਇਸ ਫੈਸਲਾ ਦੇ ਵਿੱਚ ਅਸੀਂ ਕਈ ਵਾਰ ਬਹੁਤ ਜਲਦਬਾਜ਼ੀ ਕਰ ਜਾਂਦੇ ਹਾਂ, ਬਿਨਾਂ ਕਿਸੇ ਨੂੰ ਸੋਚੇ ਸਮਝੇ ਅਸੀਂ ਜ਼ਿੰਦਗੀ ਦਾ ਝੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਕਰਦੇ ਹਾਂ, ਤੇ ਫਿਰ ਜੋ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਪਰ ਇਸ ਅਹਿਮ ਮੁੱਦੇ ਦੇ ਉੱਤੇ ਸਾਨੂੰ ਹਮੇਸ਼ਾ ਸੋਚ ਸਮਝ ਕੇ ਵਿਚਾਰ ਕੇ ਸਾਹਮਣੇ ਵਾਲੇ ਨੂੰ ਜਾਣ ਕੇ ਹੀ ਇਹ ਫੈਸਲੇ ਦੇ ਵਿੱਚ ਹਾਮੀ ਭਰਨੀ ਚਾਹੀਦੀ ਹੈ, ਚਾਹੇ ਉਹ ਅਰੇਂਜ ਮੈਰਿਜ ਹੈ ਚਾਹੇ ਲਵ ਮੈਰਿਜ ਹੈ। ਤੇ ਮੈਂ ਕੁਛ ਦੋ ਲਾਈਨਾਂ ਲਿਖੀਆਂ ਨੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ਕਰੂੰਗੀ ਜੀ। ਨਵੀਂ ਦੁਨੀਆਂ ਦੀ ਸ਼ੁਰੂਆਤ ਆ ਕਰੀਏ, ਨਵੀਂ ਦੁਨੀਆਂ ਦੀ ਸ਼ੁਰੂਆਤ ਆ ਕਰੀਏ, ਦਿਲ ਦੀਆਂ ਸਾਂਝਾਂ ਮਿਲਾ ਲਈਏ, ਦਿਲ ਦੀਆਂ ਸਾਂਝਾਂ ਮਿਲਾ ਲਈਏ, ਪਾ ਕੇ ਸਾਂਝ ਇੱਕ ਦੂਜੇ ਦੇ ਨਾਲ, ਪਾ ਕੇ ਸਾਂਝ ਇੱਕ ਦੂਜੇ ਦੇ ਨਾਲ, ਸੋਹਣਾ ਸੰਸਾਰ ਵਸਾ ਲਈਏ, ਸੋਹਣਾ ਸੰਸਾਰ ਵਸਾ ਲਈਏ। ਤੇ ਬਹੁਤ ਬਹੁਤ ਸ਼ੁਕਰੀਆ। ਇਸੇ ਹੀ ਆਧਾਰ ਤੇ ਮੈਂ ਅੱਜ ਪਹਿਲਾਂ ਜਿਹੜੀ ਗੱਲਬਾਤ ਕਰ ਰਹੀ ਹਾਂ ਗੁਰਮੀਤ ਜੀ ਨਾਲ ਕਰੂੰਗੀ। ਤੇ ਗੁਰਮੀਤ ਜੀ, ਤੁਸੀਂ ਕੀ ਮੰਨਦੇ ਹੋ ਕਿ ਜੀਵਨ ਸਾਥੀ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਕਿ ਜੀਵਨ ਸਾਥੀ ਕੀ ਹੁੰਦਾ ਹੈ। ਜੀਵਨ ਸਾਥੀ ਮੇਰੇ ਅਨੁਸਾਰ, ਜੇ ਮੈਂ ਪਰਿਭਾਸ਼ਾ ਆਪਦੇ ਅਨੁਸਾਰ ਦੱਸਾਂ ਤਾਂ, ਜੀਵਨ ਭਰ ਆਪਣਾ ਸਾਥ ਦੇਣ ਵਾਲਾ ਜੋ ਸਾਥੀ ਹੁੰਦਾ ਆਪਣਾ, ਉਹਨੂੰ ਆਪਾਂ ਕਹਿੰਦੇ ਹਾਂ ਜੀਵਨ ਸਾਥੀ, ਜੋ ਕਿ ਹਰ ਸੁੱਖ ਦੁੱਖ ਵਿੱਚ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ। ਤੇ ਚੰਗਾ ਜੀਵਨ ਸਾਥੀ ਸਾਡਾ ਚਿਹਰੇ ਤੋਂ ਹੀ ਹਾਲ ਜਿਹੜਾ ਹੈ ਉਹ ਪਛਾਣ ਲੈਂਦਾ। ਤਾਂ ਸਾਰੀ ਉਮਰ ਸਾਨੂੰ ਇੱਕ ਸਹਾਰਾ ਹੀ ਕਹਿ ਲਓ, ਇੱਕ ਸਹਾਰੇ ਦੀ ਲੋੜ ਹੁੰਦੀ ਹੈ ਜਿਸ ਨਾਲ ਅਸੀਂ ਸੁੱਖ ਦੁੱਖ ਕਰਨਾ ਹੈ, ਢੇਰ ਸਾਰੀਆਂ ਗੱਲਾਂ ਕਰਨੀਆਂ, ਅਸੀਂ ਆਪਦਾ ਖੁਸ਼ੀਆਂ ਦੇ ਪਲ ਜਾਂ ਦੁੱਖ ਸੁੱਖ ਜਿੰਨਾ ਵੀ ਸਾਂਝਾ ਕਰਨਾ, ਤਾਂ ਉਹ ਇੱਕ ਜੀਵਨ ਸਾਥੀ ਨਾਲ ਆਪਾਂ ਕਰ ਸਕਦੇ ਹਾਂ। ਕੋਈ ਵੀ ਆਪਣੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਹ ਆਪਦੇ ਜੀਵਨ ਸਾਥੀ ਨਾਲ ਸ਼ੇਅਰ ਕਰ ਸਕਦੇ ਹਾਂ, ਤੇ ਉਹ ਸਾਨੂੰ ਇੱਕ ਵਧੀਆ ਸਲਾਹਕਾਰ ਵੀ ਆਪਣੇ ਲਈ ਸਾਬਿਤ ਹੁੰਦਾ, ਤੇ ਉਹ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਦੇ ਰੰਗ ਭਰ ਦਿੰਦਾ। ਤਾਂ ਮੇਰੇ ਹਿਸਾਬ ਨਾਲ ਇੱਕ ਜੀਵਨ ਸਾਥੀ ਆਪਣੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੁੰਦਾ ਇੱਕ। ਬਿਲਕੁਲ ਜੀ, ਇਹੀ ਸੇਮ ਕੁਐਸਚਨ ਜਿਹੜਾ ਹੈਗਾ ਅੱਜ ਦਾ ਜਿਹੜਾ ਸਵਾਲ ਹੈ, ਮੈਂ ਅਰਸ਼ਪ੍ਰੀਤ ਮੈਮ ਤੁਹਾਡੀ ਰਾਏ ਵੀ ਇਸ ਟੌਪਿਕ ਤੇ ਜਾਨਣਾ ਚਾਹੂੰਗੀ, ਤੁਸੀਂ ਕੀ ਵਿਚਾਰ ਰੱਖਦੇ ਹੋ? ਸ਼ੁਕਰੀਆ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ। ਜੇ ਮੈਂ ਗੱਲ ਕਰਾਂ ਜੀਵਨ ਸਾਥੀ ਹੁੰਦਾ ਕੀ ਹੈ, ਤਾਂ ਇਹਦਾ ਕੋਈ ਵੀ ਸਿੱਧਾ ਸਿੱਧਾ ਜਵਾਬ ਨਹੀਂ ਹੈਗਾ। ਇਹ ਹਰੇਕ ਇਨਸਾਨ ਆਪਣੇ ਹਿਸਾਬ ਦੇ ਨਾਲ ਜਵਾਬ ਦਿੰਦਾ। ਜਿਵੇਂ ਗੁਰਮੀਤ ਸਰ ਨੇ ਪਹਿਲਾਂ ਕਿਹਾ
कि जीवन साथी वो है जो साडा साथ दिंदा है सुख ते दुख दे विच, जो साडे चेहरे नू पढ़ के साडी खुशी साडी उदासी साडी गमी सब कासे दा अंदाजा ला लैंदा है। बिल्कुल पर ये आम गल है जेडी असी जीवन साथी सिर्फ असी शब्दां दे अर्थ दी जे गल करिए, पर जे मैं गल करां ये इंसान तो इंसान तक ये अर्थ बदलते हैं। बिल्कुल ये जे मैं डूंगे अर्थां दी गल करां तां मेरे लिए कुछ होर होणगे, थोड़े लिए कुछ होर होणगे, गुरमीत सर लिए कुछ होर होणगे। जी इहदे विच ओ इंसान जो साडा हर पल साथ निभाउंदा है साथ दिंदा है ओनू असी जीवन साथी कहने हां, ठीक है। पर इहदे विच साथ तां साडे मापे भी दिंदे ने, बिल्कुल साडे भैण भरा भी दिंदे ने, साडे दोस्त मित्र भी दिंदे ने। मतलब ओ जीवन साथी तां असी उहनां नूं भी किते ना किते कह सकदे हां, पर बिल्कुल इत्थे जिहड़ा जीवन साथी है ओ एक मेल ते फीमेल जिन्हां नूं औरत ते मर्द नूं मिला के ओ पूरन हुंदे ने, जिन्हों असी आपां कहने हां। अक्सर ही असी अपने मम्मी डैडी तो भी उहनां दे मुंहों भी सुनदे हां, बजुर्गां दे मुंहों सुनदे हां कि पति पत्नी आपस दे विच अद हुंदे ने, जदों ओह इकट्ठे हुंदे ने तां ओह पूरे हुंदे ने। ये पूरे अपनी जिंदगी दियां जरूरतां नूं पूरा करन दे लई अगे वधदे ने। जरूरतां जिंदगी दियां बहुत तरह दियां हुंदियां ने, जो सिर्फ पति पत्नी आपस दे विच मिलके पूरियां कर सकदे ने। वो जरूरतां जिवें असीं पहलां विआह वाले विषय ते गलबात कीती है, सो मैं एक गल होर गुजारिश करना चाहुंदी हां दर्शकां नूं कि साडा तुसीं जिहड़ा विआह वाले विषय की गलबात है वो आई बटन ते क्लिक करके तुसीं देख सकदे हो। सो इहदे नाल ही मिलदा जुलदा वो भी विषय है। हुण जे मैं अगे जरूरतां ते आवां तां जरूरतां कई तरह दियां हुंदियां ने जो असीं अपने अद दे नाल पूरियां कर सकदे हां। साडे माँ प्यो भी इक उम्र तक साडा साथ दिंदे ने, भैण भरा भी इक उम्र तक साथ दिंदे ने। वो इंसान जो ता उम्र साडे नाल रहिंदा है ओनू और वो साडा अद हुंदा है जिहदे बिना असीं अधूरे रहने हां, ओनू मैं जीवन साथी मानदी हां। ये मेरी विचारधारा है, ये मेरी आइडियोलॉजी है, ये मेरी सोच है इस विषय के बारे। जरूरतां दी जे मैं गल करां तां वो मानसिक भी हो सकदियां ने, भावनात्मक भी हो सकदियां ने, आर्थिक भी हो सकदियां ने, शारीरिक भी हो सकदियां ने। सो जे जीवन साथी दे अर्थां दी गल करिए तां ये एक परसन तो लैके दूसरे परसन तक ये अर्थ ने जेड़े ओहो थोड़ा थोड़ा जो ये विच वक्खरता आउंदी जांदी है। बिल्कुल सो ये मेरे विचार ने इस विषय के बारे विच। हाँ जी, इस बहुत वधिया लगे तुहाडे दोनों के विचार मैं सुन के बहुत वधिया लग्या। और इसे तरह मैं गल करूंगी कि जिस तरह जिंदगी का जिहड़ा पड़ाव वधदा जांदा है ना, उवें उवें सानूं जीवन साथी की कहिंदे हुंदे ज़्यादा जरूरत हुंदी है। बिल्कुल जी, आपां जवानी दे विच इक समां हुंदा साडे बच्चे व्याहे जांदे आ, ते उस तों बाद सानूं साडे जीवन साथी की बड़ी जरूरत हुंदी है। जी सानू हर अवस्था दे विच जदों आपां एक जोड़ अपना जुड़ जांदा आ, ते दुख सुख खुशी गमी एह इहदा नाम ही जीवन साथी है जी। बिल्कुल जी। ते गुरमीत जी, अगला सवाल जिहड़ा मैं तुहानू ये पुछना चाहुंदी हाँ कि तुसी दा तुहानू किदां दा जीवन साथी चाहीदा, किवें दा तुसी कहिंदे हो कि साडा जिहड़ा मेरा जीवन साथी होवे उहदे च आ खूबियां होण। जी मैम, सब तो पहला ता जीवन साथी दी जेड़ी चोण है अपने लिए बड़ा एक हर इंसान दे लिए बहुत ही अहम फैसला हुंदा है, क्योंकि एक इम्तिहान दी घड़ी हुंदी है अपने लिए, क्योंकि ये फैसला आपा बहुत ही सोच समझ के करना चाहिए, क्योंकि जिस इंसान ने अपने नाल सारी उम्र रहना है ता आपां नूं बहुत ही विचारधारा करके जां अगले नूं सोच समझ के ता ये फैसला जिहड़ा मैं चाहुंदा है लैणा चाहीदा है। ਤਾਂ ਕੁਝ ਫੈਸਲੇ ਜਦੋਂ ਆਪਾਂ ਜਲਦਬਾਜ਼ੀ 'ਚ ਲੈ ਲੈਂਦੇ ਹਾਂ ਤਾਂ ਉਹ ਅੱਗੇ ਜੀ ਜਿਹੜੀ ਜ਼ਿੰਦਗੀ ਆਪਣੀ ਤਾਂ ਕੁਝ ਹੱਦ ਤੱਕ ਆਪਣੀ ਉਹ ਜ਼ਿੰਦਗੀ ਖਰਾਬ ਕਰ ਸਕਦੇ ਆ। ਤਾਂ ਜੇ ਆਪਾਂ ਜ਼ਿੰਦਗੀ ਭਰ ਖੁਸ਼ੀ ਖੁਸ਼ੀ ਰਹਿਣਾ ਤਾਂ ਇਹ ਫੈਸਲਾ ਆਪਾਂ ਨੂੰ ਬਹੁਤ ਹੀ ਆਰਾਮ ਦੇ ਨਾਲ ਬਹੁਤ ਹੀ ਸੂਝਵਤਾ ਦੇ ਨਾਲ ਕਰਨਾ ਚਾਹੀਦਾ, ਪੁੱਛ ਗਿੱਛ ਕੇ ਕਰਨਾ ਚਾਹੀਦਾ, ਬਿਲਕੁਲ ਸਾਰਿਆਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ, ਤਾਂ ਹੀ ਇਹ ਕਦਮ ਹੈ ਜਿਹੜਾ ਵਿਆਹ ਵਾਲਾ ਉਹ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ। ਤਾਂ ਇਹਦੇ 'ਚ ਕੁਝ ਪੁਆਇੰਟ ਹੁੰਦੇ ਨੇ ਜਿਹੜੇ ਆਪਾਂ ਨੂੰ ਆਪਣੇ ਜੀਵਨ ਸਾਥੀ 'ਚ ਚਾਹੀਦੇ ਨੇ। ਮੇਰੇ ਜੋ ਵਿਚਾਰ ਨੇ, ਜੋ ਮੈਂ ਚਾਹੁੰਦਾ ਕਿ ਇਹ ਚੀਜ਼ ਮੇਰੇ ਜੀਵਨ ਸਾਥੀ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸੋਚਦਾ ਕਿ ਉਮਰ ਦਾ ਫਰਕ ਨਾ ਹੋਵੇ ਜ਼ਿਆਦਾ,
जिस तरह आपां कई बार हुंदा कि उम्र दा फर्क मुंडे ते कुड़ी च बहुत ज्यादा हुंदा, तां इह उम्र दे फर्क नाल मेरे हिसाब नाल शौक सुभा ते ख्याल इह वक्खो वक्खरे हो जांदे आ। ਕਿਉਂਕਿ ਜਦੋਂ ਆਪਣੀ ਉਮਰ ਦੇ ਵਿੱਚ 5 ਤੋਂ 10 ਸਾਲ ਦਾ ਡਿਫਰੈਂਸ ਪੈ ਗਿਆ ਤਾਂ ਆਪਣੇ ਜਿਹੜੇ ਵਿਚਾਰ ਆ ਉਹ ਕਦੇ ਵੀ ਨਹੀਂ ਰਲਣਗੇ, ਬਹੁਤ ਘੱਟ ਰਲਣਗੇ। ਤਾਂ ਮੈਂ ਚਾਹੁੰਦਾ ਕਿ ਉਮਰ ਦਾ ਫਰਕ ਸਿਰਫ 1 ਜਾਂ 2 ਸਾਲਾਂ ਦਾ ਹੋਣਾ ਚਾਹੀਦਾ, ਤਾਂ ਕਿ ਇੱਕ ਦੂਜੇ ਨੂੰ ਆਪਾਂ ਨੂੰ ਸਮਝਣ 'ਚ ਕੋਈ ਪ੍ਰੋਬਲਮ ਨਾ ਹੋਵੇ, ਤਾਂ ਕਿ ਆਪਾਂ ਇੱਕ ਦੂਜੇ ਨਾਲ ਜੋ ਵੀ ਗੱਲਬਾਤ ਕਰੀਏ ਤਾਂ ਉਹ ਆਪਣੀ ਉਮਰ ਦੇ ਹਿਸਾਬ ਨਾਲ ਉਹਨੂੰ ਵੀ ਸਮਝ ਆ ਜਾਏ ਤੇ ਆਪਾਂ ਨੂੰ ਵੀ ਸਮਝ ਆ ਜਾਏ। ਕਿਉਂਕਿ ਉਮਰ ਦਾ ਜੇ ਜ਼ਿਆਦਾ ਫਰਕ ਹੋਊਗਾ ਤਾਂ ਇੱਕ ਬਚਪਨੇ ਵਾਲਾ ਇੱਕ ਸੂਝਵਾਨ ਦੇ ਨਾਲ ਜਾਂ ਇੱਕ ਦੇ ਨਾਲ ਕਦੇ ਵੀ ਨਿਭਾ ਨਹੀਂ ਪਾਊਗਾ ਸਹੀ ਤਰ੍ਹਾਂ ਨਾਲ, ਤਾਂ ਉਹ ਆਪਦੀਆਂ ਇੱਛਾਵਾਂ ਦੇ ਅਨੁਸਾਰ ਚੱਲੂਗਾ। ਤੇ ਜਿਹੜਾ ਜਿਵੇਂ ਕਿ ਮੈਂ ਆ ਤਾਂ ਮੈਂ ਆਪਦੀਆਂ ਇੱਛਾਵਾਂ ਦੇ ਅਨੁਸਾਰ, ਤਾਂ ਇਹ ਜ਼ਿਆਦਾਤਰ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਤਾਂ ਉਸ ਤੋਂ ਬਾਅਦ ਦੂਸਰੀ ਜਿਹੜੀ ਮੇਰੀ ਗੱਲ ਹੈ ਤਾਂ ਸੁਭਾਅ, ਜਿਵੇਂ ਕਿ ਆਪਾਂ ਹਰ ਕੋਈ ਚਾਹੁੰਦਾ ਹੈ ਕਿ ਜੀਵਨ ਸਾਥੀ ਜਾਂ ਅਗਲੇ ਦਾ ਸੁਭਾਅ ਜਿਹੜੇ ਨੇ ਆਪਣੀ ਲਾਈਫ 'ਚ ਆਉਣਾ ਤਾਂ ਉਹਦਾ ਸੁਭਾਅ ਹਸਮੁੱਖ ਹੋਵੇ। ਇਹ ਉਹਦੇ ਤੇ ਵੀ ਡਿਪੈਂਡ ਕਰਦਾ, ਹੋ ਸਕਦਾ ਉਹ ਪਹਿਲਾਂ ਹੀ ਹਸਮੁੱਖ ਹੋਵੇ, ਤਾਂ ਕੁਝ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਉਹਨੂੰ ਹੱਸਦਾ ਵੱਸਦਾ ਰੱਖੀਏ। ਜਿਸ ਤਰ੍ਹਾਂ ਉਹ ਆਪਦੇ ਪਰਿਵਾਰ ਨਾਲ ਖੁਸ਼ ਸੀ, ਤਾਂ ਆਪਾਂ ਆਪਣੇ ਪਰਿਵਾਰ ਨੂੰ ਵੀ ਉਹਨੂੰ ਵੀ ਆਪਣੇ ਪਰਿਵਾਰ ਵਿੱਚ ਇੱਦਾਂ ਰੱਖੀਏ ਕਿ ਉਹ ਆਪਣੇ ਨਾਲ ਵੀ ਹੱਸਦਾ ਵੱਸਦਾ ਉਦਾਂ ਹੀ ਰਵੇ। ਤਾਂ ਸੁਭਾਅ ਦਾ ਮੈਂ ਚਾਹੁੰਦਾ ਕਿ ਸੁਭਾਅ ਦਾ ਮਿਲਣਾ ਬਹੁਤ ਜ਼ਰੂਰੀ ਆ ਆਪਾਂ ਨੂੰ ਗੱਲਬਾਤ ਕਰਕੇ। ਹੁਣ ਤਾਂ ਆਪਾਂ ਪਹਿਲਾਂ ਨਾਲੋਂ ਬਹੁਤ ਜ਼ਮਾਨਾ ਬਦਲ ਗਿਆ, ਪਹਿਲਾਂ ਤਾਂ ਗੱਲਬਾਤ ਵੀ ਨਹੀਂ ਹੁੰਦੀ ਸੀ, ਤਾਂ ਬਹੁਤ ਉਹਨਾਂ ਨੂੰ ਆਪਦੇ 'ਚ ਤਬਦੀਲੀਆਂ ਕਰਨੀਆਂ ਪੈਂਦੀਆਂ ਸੀ ਆਪਣੇ ਮਾਤਾ ਪਿਤਾ ਨੂੰ, ਮਾਤਾ ਨੂੰ ਅਲੱਗ ਤੋਂ, ਪਿਤਾ ਨੂੰ ਅਲੱਗ ਤੋਂ। ਤਾਂ ਹੁਣ ਮੈਨੂੰ ਲੱਗਦਾ ਆਪਾਂ ਪਹਿਲਾਂ ਹੀ ਇੱਕ ਦੂਜੇ ਨਾਲ ਗੱਲਬਾਤ 6 ਮਹੀਨੇ ਤਾਂ ਆਪਾਂ ਨੂੰ ਟਾਈਮ ਮੇਰੇ ਹਿਸਾਬ ਨਾਲ ਹਰੇਕ ਬੰਦੇ ਨੂੰ ਮਿਲ ਜਾਂਦਾ ਕਿ ਤੁਸੀਂ ਗੱਲਬਾਤ ਚੰਗੀ ਤਰ੍ਹਾਂ ਕਰੋ ਜਾਂ ਕੁਛ ਵੀ ਹੈ, ਤਾਂ ਆਪਾਂ ਨੂੰ ਇੱਕ ਦੂਜੇ ਦੇ ਸੁਭਾਅ ਨਾਲ ਰਚ ਮਿਚ ਜਾਣਾ ਚਾਹੀਦਾ ਇੱਕ ਦੂਜੇ ਨਾਲ, ਤਾਂ ਸੁਭਾਅ ਦਾ ਮਿਲਣਾ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਤਾਂ ਅੱਗੇ ਜੋ ਮੈਂ ਮੇਨ ਕਾਰਨ ਇੱਕ ਹੋਰ ਸਮਝਦਾ ਕਿ ਆਪਣਾ ਜਿਹੜਾ ਲੈਵਲ ਹੈ ਜਾਂ ਰੁਤਬਾ ਆਪਣਾ, ਤਾਂ ਕਈ ਇੱਥੇ ਵੀ ਜਾ ਕੇ ਆਪਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਕਿਉਂਕਿ ਜੇ ਕੁੜੀ ਵਾਲਾ ਪਰਿਵਾਰ ਜਾਂ ਮੁੰਡੇ ਵਾਲਾ ਪਰਿਵਾਰ ਥੋੜਾ ਜਿਹਾ ਇੱਕ ਦੂਜੇ ਨਾਲ ਉੱਚਾ ਨੀਵਾਂ ਹੋਵੇ, ਤਾਂ ਉੱਥੇ ਵੀ ਆਪਾਂ ਨੂੰ ਥੋੜਾ ਜਿਹਾ ਸਾਹਮਣਾ ਕਰਨਾ ਪੈਂਦਾ ਕਿ ਹਾਂ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਜੇ ਆਪਾਂ ਜਾਂਦੇ ਹਾਂ ਮੁੰਡਾ ਨੀਵੇਂ ਕਰਦਾ, ਉਹ ਜਾ ਕੇ ਸਹੁਰੇ ਘਰ ਇਹ ਫੀਲ ਕਰਦਾ ਕਿ ਹਾਂ ਮੈਂ ਥੋੜਾ ਇਹਨਾਂ ਤੋਂ ਉਹ ਹਾਂ, ਤਾਂ ਉਹ ਡਰ ਕੇ ਜੇ ਰਹਿੰਦਾ ਜਾਂ ਕੁਛ ਵੀ ਹੈ। ਤਾਂ ਮੈਂ ਚਾਹੁੰਦਾ ਕਿ ਬਰਾਬਰਤਾ ਹੋਣੀ ਚਾਹੀਦੀ ਹੈ, ਘਰ ਬਾਰ ਵੀ ਆਪਾਂ ਨੂੰ ਦੇਖ ਕੇ ਲੱਭਣਾ ਚਾਹੀਦਾ, ਇਹ 'ਚ ਲਾਲਚ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕਿ ਹਾਂ ਸਿਰਫ ਇਹ ਨਹੀਂ ਹੋ ਸਕਦਾ ਕਿ ਸਿਰਫ ਜੇ ਮੁੰਡਾ ਅਮੀਰ ਹੋਊਗਾ ਤਾਂ ਹੀ ਉਹਨੂੰ ਕੁੜੀ ਨੂੰ ਤੁਹਾਡੀ ਨੂੰ ਖੁਸ਼ ਰੱਖ ਸਕਦਾ, ਇੱਦਾਂ ਬਿਲਕੁਲ ਨਹੀਂ ਹੁੰਦਾ ਇੱਦਾਂ ਦਾ। ਤਾਂ ਮੈਂ ਚਾਹੁੰਦਾ ਕਿ ਪੜ੍ਹਾਈ ਵਿੱਚ ਵੀ ਨੌਕਰੀ ਵਿੱਚ ਵੀ ਤਾਂ ਰੁਤਬਾ ਆਪਣਾ ਇਕਸਾਰ ਹੋਣਾ ਚਾਹੀਦਾ, ਤਾਂ ਕਿ ਆਪਾਂ ਦੋਨੇ ਇਸ ਨਾਲ ਕੀ ਹੁੰਦਾ ਕਿ ਆਪਾਂ ਇੱਕ ਦੂਜੇ ਨੂੰ ਸੁਣਾਉਣ ਤੋਂ ਥੋੜਾ ਜਿਹਾ ਪਰਹੇਜ਼ ਹੋ ਜਾਂਦਾ। ਕਿਉਂਕਿ ਜੇ ਆਪਾਂ ਇੱਕੋ ਜਿਹੇ ਪਰਿਵਾਰ ਦੇ ਹੋਵਾਂਗੇ, ਇੱਕੋ ਜਿਹੀ ਆਪਣੀ ਨੌਕਰੀ ਹੋਊਗੀ, ਇੱਕੋ ਜਿਹਾ ਆਪਣਾ ਰੁਤਬਾ ਹੋਊਗਾ, ਤਾਂ ਆਪਾਂ ਨੂੰ ਕਿਤੇ ਵੀ ਗੱਲ ਨਾ ਉਹਨਾਂ ਨੂੰ ਸੁਣਨੀ ਪਵੇ, ਨਾ ਕੁੜੀ ਨੂੰ ਸੁਣਨੀ ਪਊਗੀ ਤੇ ਨਾ ਹੀ ਮੈਨੂੰ ਸੁਣਨੀ ਪਊਗੀ, ਤਾਂ ਆਪਣਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਚੱਲੂਗਾ। ਕਿਉਂਕਿ ਕਿੰਨਾ ਹੀ ਕਹਿ ਦਈਏ ਆਪਾਂ ਕਿ ਨਹੀਂ ਆਪਾਂ ਨੂੰ ਕੋਈ ਨਹੀਂ ਸੁਣਾਉਂਦਾ, ਮੈਂ ਪਹਿਲਾਂ ਕਹਿ ਦਿਓ ਮੈਂ ਇੱਦਾਂ ਦੀ ਨਹੀਂ ਆ, ਪਰ ਅਕਸਰ ਇਹ ਗੱਲਾਂ ਵਿਆਹ ਤੋਂ ਬਾਅਦ ਆ ਜਾਂਦੀਆਂ ਨੇ। ਕਿਉਂਕਿ ਮੈਂ ਜੋ ਜਿੱਥੋਂ ਤੱਕ ਮੈਂ ਦੇਖਿਆ ਤਾਂ ਮੈਂ ਇਹ ਚੀਜ਼ਾਂ ਨੂੰ ਫੇਸ ਕੀਤਾ ਜਾਂ ਮੈਂ ਆਪਦੇ ਯਾਰਾਂ ਬੇਲੀਆਂ ਤੋਂ ਸੁਣਿਆ ਕਿ ਇਹ ਚੀਜ਼ ਸਾਡੇ ਨਾਲ ਹੁੰਦੀ ਹੈ, ਤਾਂ ਇਹ ਚੀਜ਼ਾਂ ਤੋਂ ਮੈਂ ਇਹ ਤੱਥ ਕੱਢਿਆ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸੁਭਾਅ ਜਿਹੜਾ, ਸਿਰਫ ਆਪਾਂ ਨੂੰ ਆਪਣੇ ਜੀਵਨ ਸਾਥੀ ਦਾ ਸੁਭਾਅ ਇਹ ਨਹੀਂ ਦੇਖਣਾ ਚਾਹੀਦਾ ਕਿ ਹਾਂ ਉਹ ਆਪਣੇ ਨਾਲ ਵਧੀਆ, ਕਿਉਂਕਿ ਜਿਹੜਾ ਸਿਰਫ ਤੁਹਾਡੇ ਨਾਲ ਵਧੀਆ ਉਹ ਵਧੀਆ ਨਹੀਂ ਹੋ ਸਕਦਾ। ਤਾਂ ਉਹ ਇਨਸਾਨ ਮੈਂ ਚਾਹੁੰਦਾ ਕਿ ਉਹ ਮਿਲਨਸਾਰ ਹੋਣਾ ਚਾਹੀਦਾ, ਜੋ ਤੁਹਾਡੇ ਮਾਪਿਆਂ ਦੀ ਵੀ ਇੱਜ਼ਤ ਕਰੇ, ਤੁਹਾਡੇ ਘਰੇ ਕੋਈ ਰਿਸ਼ਤੇਦਾਰ ਵੀ ਆਉਣਾ ਹੈ ਤਾਂ ਹਰ ਕੋਈ ਉਹਨੂੰ ਸਲਾਵੇ। ਕਿਉਂਕਿ ਜੇ ਹਰ ਕੋਈ ਉਹਦੀ ਤਾਰੀਫ ਕਰੂਗਾ ਤਾਂ ਆਪਣੇ ਦਿਲ 'ਚ ਉਹਦੇ ਲਈ ਆਟੋਮੈਟਿਕਲੀ ਜਾਂ ਆਪਣੇ ਦਿਲ 'ਚ ਉਹਦੇ ਲਈ ਪਿਆਰ ਵਧੂਗਾ ਕਿ ਹਾਂ ਮੇਰਾ ਜੀਵਨ ਸਾਥੀ ਹੈ ਜਿਹੜਾ ਉਹ ਬਹੁਤ ਵਧੀਆ। ਹਰ ਪਾਸਿਓਂ ਜੇ ਤਾਰੀਫ ਸੁਣਨ ਨੂੰ ਮਿਲੂਗੀ ਨਾ ਤਾਂ ਰਿਲੇਸ਼ਨ ਆਪਣਾ ਓਨਾ ਹੀ ਅੱਗੇ ਵੱਧਦਾ ਜਾਊਗਾ ਤੇ ਬਹੁਤ ਸੋਹਣੇ ਢੰਗ ਨਾਲ ਆਪਣਾ ਜਿਹੜਾ ਤਲਦਾ ਦਊਗਾ। ਤਾਂ ਇਸੇ ਲਈ ਇਹ ਨਾ ਦੇਖੋ ਕਿ ਸਿਰਫ ਉਹ ਆਪਣਾ ਕਰਦਾ ਇਨਸਾਨ ਤਾਂ ਬਸ, ਅੱਗੇ ਸੋਚੋ ਹੀ ਨਾ ਉਹਦੀ ਮਾਤਾ ਪਿਤਾ ਨਾਲ ਗੱਲ ਕਰਾਉਣੀ। ਤਾਂ ਮੈਂ ਚਾਹੁੰਦਾ ਕਿ ਮਾਤਾ ਪਿਤਾ ਨਾਲ ਵੀ ਉਹਨਾਂ ਦੀ ਗੱਲ ਕਰਾਓ, ਜਿਹਦੇ ਨਾਲ ਆਪਾਂ ਜੇ ਆਪਾਂ ਨੂੰ 6 ਮਹੀਨੇ ਦਾ ਟਾਈਮ ਮਿਲਿਆ, ਕੁਛ ਟਾਈਮ ਮਿਲਿਆ, ਤਾਂ ਆਪਣੇ ਮਾਂ ਪਿਓ ਨਾਲ ਵੀ ਉਹਨਾਂ ਦੀ ਗੱਲ ਕਰਾਓ, ਤਾਂ ਕਿ ਉਹਨਾਂ ਨਾਲ ਵੀ ਉਹਨਾਂ ਦਾ ਸੁਭਾਅ ਜਿਹੜਾ ਉਹ ਰਚ ਮਿਚ ਜਾਵੇ, ਤਾਂ ਜਦੋਂ ਉਹ ਪਰਿਵਾਰ 'ਚ ਆਵੇ ਤਾਂ ਉਹਨੂੰ ਇਹ ਲੱਗੇ ਕਿ ਮੈਂ ਆਪਦੇ ਪਰਿਵਾਰ 'ਚ ਹੀ ਆਈ ਹਾਂ, ਤਾਂ ਇਸ ਤਰ੍ਹਾਂ ਆਪਣਾ ਰਿਸ਼ਤਾ ਜਿਹੜਾ ਉਹ ਬਹੁਤ ਵਧੀਆ ਚੱਲੂਗਾ। ਬਹੁਤ ਹੀ ਵਧੀਆ ਤੁਹਾਡੇ ਵਿਚਾਰ ਸੀਗੇ ਗੁਰਮੀਤ ਜੀ, ਬਹੁਤ ਵਧੀਆ ਲੱਗਿਆ ਜਾਣ ਕੇ। ਇਹ ਸਾਡੀ ਪੀੜ੍ਹੀ ਨੂੰ ਸੁਣਿਆ ਵੀ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਬਹੁਤ ਜਲਦਬਾਜ਼ੀ ਹੋ ਰਹੀ ਹੈ ਰਿਸ਼ਤਿਆਂ ਦੇ ਵਿੱਚ, ਤੇ ਫਿਰ ਸਾਡੀਆਂ ਜਿਹੜੀਆਂ ਮੁਸ਼ਕਲਾਂ ਵੀ ਆ ਉਹ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਤੇ ਇਹੀ ਸਵਾਲ ਮੈਂ ਅਰਸ਼ਪ੍ਰੀਤ ਜੀ ਤੋਂ ਵੀ ਪੁੱਛਣਾ ਚਾਹੂੰਗੀ। ਅਰਸ਼ਪ੍ਰੀਤ ਜੀ, ਤੁਸੀਂ ਕਿਵੇਂ ਦਾ ਚਾਹੁੰਦੇ ਹੋ ਕਿ ਸਾਡਾ ਹਮ ਸਫ਼ਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ, ਉਹਦੇ 'ਚ ਆਹ ਖੂਬੀਆਂ ਹੋਣੀਆਂ ਚਾਹੀਦੀਆਂ, ਤੇ ਜਾਂ ਜੇ ਕਿਸੇ 'ਚ ਕੋਈ ਕਮੀ ਆ
ਤੇ ਉਹਨੂੰ ਅਸੀਂ ਕਿਸ ਤਰ੍ਹਾਂ ਡੀਲ ਕਰ ਸਕਦੇ ਹਾਂ? ਪਹਿਲਾਂ ਤਾਂ ਮੈਂ ਗੁਰਮੀਤ ਜੀ ਨੇ ਜੋ ਵੀ ਗੱਲਬਾਤ ਕੀਤੀ ਹੈ ਉਹਦੇ ਨਾਲ ਸੰਬੰਧਿਤ ਦੋ ਲਾਈਨਾਂ ਕਹਿਣਾ ਚਾਹੁੰਦੀ ਹਾਂ। ਸ਼ਕਲ ਮੁਹੱਬਤ ਚਾਰ ਦਿਹਾੜੇ, ਸ਼ਕਲ ਮੁਹੱਬਤ ਚਾਰ ਦਿਹਾੜੇ, ਬਹੁਤਾ ਚਿਰ ਨਾ ਟਿਕਦੀ ਏ, ਮੁਹੱਬਤ ਰੂਹ ਦੀ ਉਮਰਾਂ ਵਾਲੀ, ਮੁੱਲ ਨਾ ਬਾਹਰੋਂ ਵਿਕਦੀ ਏ। ਮੁਹੱਬਤ ਰੂਹ ਦੀ ਉਮਰਾਂ ਵਾਲੀ, ਮੁੱਲ ਨਾ ਬਾਹਰੋਂ ਵਿਕਦੀ ਏ। ਸੂਰਤ ਦੇਖ ਜੋ ਕਾਜਰ ਚਾਹੁੰਦੇ, ਸੂਰਤ ਦੇਖ ਜੋ ਕਾਜਰ ਚਾਹੁੰਦੇ, ਹੁੰਦੇ ਬਹੁਤਾ ਚਿਰ ਨਾ ਖੇੜੇ ਨੇ, ਜੋ ਲਾਉਣ ਯਰਾਨੇ ਰੂਹਾਂ ਤੋਂ, ਜੋ ਲਾਉਣ ਯਰਾਨੇ ਰੂਹਾਂ ਤੋਂ, ਉਸ ਘਰ ਦੇ ਹੱਸਦੇ ਵਿਹੜੇ ਨੇ, ਉਸ ਘਰ ਦੇ ਹੱਸਦੇ ਵਿਹੜੇ ਨੇ। ਬਹੁਤ ਹੀ ਵਧੀਆ ਲਾਈਨ ਹੈ, ਧੰਨਵਾਦ ਜੀ ਤੁਹਾਡਾ। ਜੀ ਬਹੁਤ ਸੋਹਣਾ ਲਿਖਿਆ ਮੈਮ ਤੁਸੀਂ। ਧੰਨਵਾਦ ਜੀ। ਅੱਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਮਨਦੀਪ ਜੀ, ਉਹਦਾ ਜਵਾਬ ਮੈਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਦੇਣਾ ਚਾਹੂੰਗੀ, ਕਿਉਂਕਿ ਵੈਸੇ ਵੀ ਜਿਹੜਾ ਇਹ ਫੈਸਲਾ ਹੈਗਾ, ਇਹ ਮੈਂ ਸਮਝਦੀ ਹਾਂ ਕਿ ਮੇਰੇ ਮਾਂ ਪਿਓ ਦੇ ਜੇ ਉੱਤੇ ਮੈਂ ਸਿੱਟਾਂ ਤਾਂ ਜ਼ਿਆਦਾ ਵਧੀਆ ਹੈ, ਪਰ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਮੈਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਅੱਜ ਕੱਲ੍ਹ ਬੱਚੇ ਨੇ ਜਿਹੜੇ ਉਹ ਆਪਣੀ ਪਸੰਦ ਦਾ ਜਾਂ ਆਪਣੀ ਪਸੰਦ ਉਹਨਾਂ ਦੀ ਹੁੰਦੀ ਹੈ ਤਾਂ ਮਤਲਬ ਉਹ ਸਾਨੂੰ ਦੱਸ ਦਿਓ। ਹੁਣ ਵੀ ਕਈ ਵਾਰ ਪੁੱਛਿਆ ਜਾਂਦਾ ਪਰ ਮੇਰੀ ਉੱਥੇ ਹੱਥ ਜਿਹਨੂੰ ਕਹਿੰਦੇ ਨਾ ਵੀ ਚੋਰਾਂ ਵਾਂਗੂ ਆਏ ਖੜੇ ਹੁੰਦੇ ਨੇ, ਮੈਨੂੰ ਲੱਗਦਾ ਕਿ ਡਰ ਲੱਗਦਾ ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਦੀਦੀ ਬਚਪਨੇ ਦੇ ਵਿੱਚ ਆ, ਅਸੀਂ ਨਹੀਂ ਹਜੇ ਪਹਿਚਾਣ ਅਸੀਂ ਕਰ ਹੀ ਨਹੀਂ ਸਕਦੇ ਕਿਸੇ ਦੀ। ਹਾਂਜੀ, ਜੇ ਸਾਨੂੰ ਕੋਈ ਵਧੀਆ ਲੱਗਦਾ, ਜੇ ਸਾਡੇ ਕੋਈ ਦਿਲ ਨੂੰ ਟੁੰਬਦਾ, ਸਾਨੂੰ ਲੱਗਦਾ ਕਿ ਇਹ ਸਾਡੇ ਬਰਾਬਰ ਦਾ ਹੈਗਾ, ਹਨਾ, ਤਾਂ ਉੱਥੇ ਸਾਨੂੰ ਸਾਡੇ ਮਾਂ ਪਿਓ ਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਰਿਸ਼ਤਾ ਅੱਗੇ ਵਧਾਉਣ ਦੇ ਨਾਲੋਂ। ਤੇ ਜੇ ਮੈਂ ਮੇਰੀ ਗੱਲ ਕਰਾਂ ਤਾਂ ਮੇਰੀ ਇੱਕੋ ਹੀ ਜਿਹੜੀ ਖੁਆਹਿਸ਼ ਹੈ ਉਹ ਕਿ ਉਹਦੇ ਵਿੱਚ ਇਖਲਾਕ ਦੇ ਗੁਣ ਨੇ ਜਿਹੜੇ ਉਹ ਹੋਣੇ ਬਹੁਤ ਜ਼ਰੂਰੀ ਨੇ, ਕਿਉਂਕਿ ਅਸੀਂ ਬਾਹਰੋਂ ਚੀਜ਼ਾਂ ਬਹੁਤ ਖਰੀਦ ਸਕਦੇ ਹਾਂ ਪਰ ਅਸੀਂ ਇਖਲਾਕ ਨਹੀਂ ਖਰੀਦ ਸਕਦੇ। ਸੋ ਸਬਰ, ਸਿਦਕ, ਸੰਤੋਖ, ਪਿਆਰ, ਸਲੀਕਾ, ਇੱਜ਼ਤ, ਸਤਿਕਾਰ, ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ, ਇਹ ਮੈਂ ਸਮਝਦੀ ਹਾਂ, ਕਿਉਂਕਿ ਸ਼ਾਇਦ ਮੇਰੇ ਮਾਪਿਆਂ ਨੇ ਮੇਰੇ ਵਿੱਚ ਇਹ ਭਰੀਆਂ ਨੇ, ਤਾਂ ਮੈਨੂੰ ਲੱਗਦਾ ਕਿ ਇਹ ਸਾਹਮਣੇ ਵਾਲੇ ਦੇ ਵਿੱਚ ਵੀ ਜੇ ਹੋਣਗੀਆਂ ਤਾਂ ਹੀ ਉੱਥੇ ਅੰਡਰਸਟੈਂਡਿੰਗ ਹੋ ਸਕਦੀ ਹੈ, ਸਮਝ ਹੋ ਸਕਦੀ ਹੈ, ਨਿਭ ਸਕਦੀ ਹੈ। ਔਰ ਰਿਸ਼ਤੇ ਨੂੰ ਚਲਾਉਣ ਦੇ ਲਈ ਸਮਝ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਸਮਾਂ ਸਮਝ ਹੀ ਨਹੀਂ ਹੋਊਗੀ, ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਅੱਧ ਬਿਲਕੁਲ ਨੂੰ ਲੱਭਣਾ ਹੈ ਨਾ, ਜਾਂ ਅੱਧ ਨੂੰ ਲੱਭ ਕੇ ਅਸੀਂ ਆਪਣੇ ਆਪ ਨੂੰ ਪੂਰਿਆਂ ਕਰਨਾ, ਤਾਂ ਉੱਥੇ ਜਦੋਂ ਇੱਕ ਦਾ ਮੂੰਹ ਮਤਲਬ ਪੱਛਮ ਵੱਲ ਨੂੰ ਹੋਊਗਾ ਤੇ ਇੱਕ ਦਾ ਪੂਰਬ ਵੱਲ ਨੂੰ ਹੋਊਗਾ, ਤਾਂ ਉਹ ਕਦੀ ਵੀ ਮਿਲ ਕੇ ਪੂਰਨ ਨਹੀਂ ਹੋ ਸਕਦੇ, ਉਹ ਅੱਧੇ ਅੱਧੇ ਹੀ ਰਹਿਣਗੇ। ਸੋ ਇਹੋ ਜਿਹੇ ਹੋਣੇ ਚਾਹੀਦੇ ਨੇ ਕਿ ਉਹ ਫਿਰ ਖਤਮ ਨਹੀਂ ਹੁੰਦੀ, ਉੱਥੇ ਤੂੰ ਤੂੰ ਮੈਂ ਚੱਲਦੀ ਰਹਿੰਦੀ ਹੈ ਜਿੱਥੇ ਤੁਹਾਡੇ ਵਿਚਾਰ ਨਹੀਂ ਮਿਲਦੇ। ਸੋ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਉੱਥੇ ਰਲ ਮਿਲ ਕੇ ਆਪਣੀ ਗੱਲਬਾਤ ਨੂੰ ਕੋਈ ਰੱਖ ਸਕੇ। ਸੋ ਮੈਂ ਆਪਣੀ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਗੁਜ਼ਾਰਿਸ਼ ਕਰਦੀ ਹਾਂ ਕਿ ਮਨਦੀਪ ਜੀ ਜੇ ਤੁਹਾਡੇ ਤੋਂ ਗੀਤ ਹੋ ਜਾਵੇ ਤਾਂ ਜ਼ਿਆਦਾ ਵਧੀਆ ਹੋਊਗਾ। ਬਿਲਕੁਲ, ਮੈਂ ਤੁਹਾਡੀ ਸੋਚ, ਜਿੰਨੀ ਕੁ ਮੈਂ ਤੁਹਾਡੀ ਸੋਚ ਪੜ੍ਹੀ ਹੈ ਉਹਦੇ ਮੁਤਲਕ ਦੋ ਚਾਰ ਲਾਈਨਾਂ ਸੁਣਾਉਂਦੀ ਹਾਂ। ਜੀ ਜ਼ਰੂਰ। ਪਿਆਰਾ ਗੀਤ ਸੀਗਾ, ਸੋਹਣਾ ਸੁਨੱਖਾ ਹੋਵੇ, ਪੜਿਆ ਤੇ ਲਿਖਿਆ ਹੋਵੇ, ਪੈਸਾ ਕਮਾਉਣ ਵਾਲਾ ਕੰਮ ਕੋਈ ਸਿੱਖਿਆ ਹੋਵੇ, ਐਵੇਂ ਕੋਈ ਨਾ ਢੋਲ ਦੀ ਖਡਾਉਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ ਵਿਆਉਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ। ਇਹ ਬਹੁਤ ਜ਼ਰੂਰੀ ਨੇ ਜੀ ਗੱਲਾਂ, ਇਹ ਨਿੱਕੀਆਂ ਨਿੱਕੀਆਂ ਗੱਲਾਂ ਜੇ ਜੀਵਨ ਸਾਥੀ ਦੇ ਵਿੱਚ ਮਿਲ ਜਾਣ ਤੇ ਸਾਡੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ, ਤੇ ਜੇ ਕਿਤੇ ਕੁਛ ਵੀ ਸਾਡਾ ਮੈਚ ਨਹੀਂ ਹੁੰਦਾ, ਸਾਡਾ ਸੁਭਾਅ ਮੈਚ ਨਹੀਂ ਹੁੰਦਾ, ਇੱਕ ਨੈਗੇਟਿਵ ਹੈ ਇੱਕ ਪੋਜ਼ਿਟਿਵ ਆ, ਤੇ ਜ਼ਿੰਦਗੀ ਬਸ ਉਹੀ ਗੱਲ ਆ ਵੀ ਕਈ ਵਾਰ ਸਾਨੂੰ ਸਮਾਜ ਦੇ ਡਰ 'ਚ ਹੀ ਕੁੜੀਆਂ ਤਾਂ ਖਾਸ ਕਰਕੇ ਅੱਗੇ ਵੱਧਦੀਆਂ ਰਹਿੰਦੀਆਂ ਨੇ, ਭਾਵੇਂ ਜਿਵੇਂ ਦੀ ਮਰਜ਼ੀ ਜ਼ਿੰਦਗੀ ਉਹ ਕਹਿੰਦੇ ਵੀ ਚਲੋ ਕੱਟਣੀ ਆ, ਕੱਟਦੀਆਂ ਨੇ। ਇਹ ਕਈ ਵਾਰ ਸਾਡੇ ਜਲਦਬਾਜ਼ੀ ਦੇ ਵਿੱਚ ਨਾ ਫੈਸਲੇ ਸਾਡੇ ਮਾਪਿਆਂ ਵੱਲੋਂ ਵੀ ਲੈ ਜਾਂਦੇ ਨੇ। ਇਹ ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀ ਕਿ ਕੁੜੀਆਂ ਚੁੱਪ ਕਰਕੇ ਅੰਦਰ ਵੜ ਕੇ
टाइम कढ लैंदियां सी जिन्हों असी अक्सर सुनते हैं कि धुएं के बहाने रो लैंदियां सी पर किसी के सामने वो रोंदियां भी नहीं सी। सो इहदे विच एक चीज सानू चाहीदी है, कदे रुस लई कदे मना लई, कदे रुस लई कदे मना लई, कदे सुन लई कदे सुना लई, कदे रुस लई कदे मना लई, कदे सुन लई कदे सुना लई, कदे हर जाई कदे पुगा लई। जे असी ए चीजां लैके चलीए अपने नैतिकता दे विच इखलाक दे विच तां मैनूं लगदा है कि बहुत वधिया असी रिश्ते ने जिहड़े उह पुगा सकदे आ। सो मैं बहुता अपनी गलबात नूं लंबा नहीं खिचूंगी, मैं इहनूं जे थोड़ी इजाजत होवे तां इक कविता दे रूप दे विच। बिल्कुल जरूर जी, जरूर गुरमीत जी तो गाना भी सुनना जी। जी गुरमीत जी, दर्शकों नूं भी कोई सुनिया दो। हाँ जी, तो मेरा दर्शकों नूं एक गुजारिश है कि जो भी असीं सलाह करदे आ तुहाडियां भी जो सलाहां ने ਤਾਂ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਆਪਣੀਆਂ ਜੋ ਸਲਾਹਾਂ ਦੱਸੀਆਂ ਜਾਣ ਤਾਂ ਕਿ ਸਾਨੂੰ ਵੀ ਅੱਗੇ ਲਈ ਕੋਈ ਫੈਸਲਾ ਹੋ ਸਕਦਾ, ਤੁਹਾਡਾ ਫੈਸਲਾ ਸਾਨੂੰ ਵੀ ਪਸੰਦ ਆਵੇ ਜਾਂ ਤੁਹਾਡਾ ਕੋਈ ਵਿਚਾਰ ਉਹ ਸਾਡੇ ਦਿਲ ਨੂੰ ਲੱਗ ਸਕੇ। ਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਚੈਨਲ ਰੰਗ ਐਫ ਐਮ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜ਼ਰੂਰ ਦੇਖਿਆ ਕਰੋ ਸਾਡੀਆਂ ਵੀਡੀਓਜ਼ ਤੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰ। ਬਿਲਕੁਲ, ਸਲਾਹਾਂ ਸਾਨੂੰ ਇਸ ਕਰਕੇ ਵੀ ਦੱਸਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਅੱਗੇ ਵਿਆਹ ਕਿਹਦਾ ਆਉਣ ਵਾਲਾ ਤੇ ਅਸੀਂ ਉੱਥੇ ਪਹੁੰਚ ਸਕੀਏ। ਇਹਨਾਂ ਦੋਨਾਂ ਦੀ ਵਾਰੀ ਆਉਣੀ, ਮੈਂ ਵੀ ਤਾਂ ਹੀ ਲੈ ਕੇ ਆਈ ਹਾਂ ਆਪਣੇ ਦੋਸਤਾਂ ਨੂੰ, ਇਹਨਾਂ ਦੋਨਾਂ ਦੀ ਵਾਰੀ ਦੀ ਸਾਨੂੰ ਵੀ ਉਡੀਕ ਹੈ ਕਿ ਕਦੋਂ ਕਿੱਧਰ ਪਹਿਲਾਂ ਸ਼ਹਿਨਾਈਆਂ ਵੱਜਦੀਆਂ ਨੇ ਤੇ ਜ਼ਰੂਰ ਤੁਸੀਂ ਆਪਣੀ ਰਾਏ ਸਾਡੇ ਨਾਲ ਕਾਇਮ ਕਰਿਓ। ਹਾਂਜੀ, ਇੱਥੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਛੋਟੀ ਦੇ ਵਿੱਚ ਹੀ ਇਹਨੂੰ ਨਿਬੇੜ ਦਿੰਦੀ ਹਾਂ, ਜੇ ਤੁਸੀਂ ਵੱਡੀ ਸੁਣਨ ਦੇ ਇੱਛੁਕ ਹੋਏ ਤਾਂ ਮੈਨੂੰ ਦੱਸ ਦਿਓ, ਪਹਿਲਾਂ ਤਾਂ ਮੈਂ 4 ਕੁ ਲਾਈਨਾਂ ਦੇ ਵਿੱਚ ਇਹਨੂੰ ਖਤਮ ਕਰੂੰਗੀ ਜੀ। ਤੁਹਾਡੇ ਸਵਾਲ ਦਾ ਜਵਾਬ ਹੋਊਗਾ ਇਹ, ਵਸਣਾ ਮੈਂ ਰਸਣਾ ਮੈਂ ਉਸ ਘਰੇ ਬੀਬਾ, ਵਸਣਾ ਮੈਂ ਰਸਣਾ ਮੈਂ ਉਸ ਘਰੇ ਬੀਬਾ, ਜਿੱਥੇ ਮੁੱਕੇ ਨਾ ਰਿਜਕ, ਸੱਚੀ ਮਾਰੇ ਨਾ ਝਿੜਕ, ਹੋਵੇ ਲੱਗੀਆਂ ਦੀ ਲਾਜ, ਮਾੜਾ ਹੋਵੇ ਨਾ ਰਿਵਾਜ, ਵਰੇ ਮੁਹੱਬਤਾਂ ਦਾ ਮੇਘ, ਦੇਣ ਪਿਆਰ ਵਾਲਾ ਨੇਘ, ਸਹੁਰਾ ਧੀ ਵਾਂਗ ਜਾਣੇ, ਟੱਬਰ ਖੁਸ਼ੀਆਂ ਨੂੰ ਮਾਣੇ, ਵਸਣਾ ਮੈਂ ਰਸਣਾ ਮੈਂ ਉਸ ਘਰੇ ਬੀਬਾ। ਸੋ ਸ਼ਾਇਦ, ਧੰਨਵਾਦ ਜੀ, ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਊਗਾ। ਬਿਲਕੁਲ ਬਿਲਕੁਲ, ਬਹੁਤ ਸੋਹਣਾ ਜਵਾਬ ਹੈ ਤੁਹਾਡੇ ਵੱਲੋਂ ਅਰਸ਼ ਮੈਮ, ਧੰਨਵਾਦ ਜੀ। ਹੁਣ ਅੱਗੇ ਮੈਂ ਇੱਕ ਗੀਤ ਸੁਣਨਾ ਚਾਹੁੰਦੀ ਹਾਂ। ਮਨਦੀਪ ਜੀ ਤੁਹਾਡੇ ਵੱਲੋਂ ਹੋ ਗਿਆ, ਹੁਣ ਗੁਰਮੀਤ ਜੀ ਰਹਿ ਗਏ ਨੇ, ਇਹਨਾਂ ਵੱਲੋਂ ਗੀਤ ਕਿਉਂ ਨਾ ਸੁਣਿਆ ਜਾਵੇ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਪਹਿਲਾਂ ਮੈਂ ਕਿ ਮੈਂ ਬੋਲਾਂ ਗੁਰਮੀਤ, ਤੁਸੀਂ ਅੱਜ ਆਪਣਾ ਗੀਤ ਸੁਣਾਓ ਕੋਈ। ਹਾਂਜੀ ਬਿਲਕੁਲ ਬਿਲਕੁਲ ਮੈਮ, ਤਾਂ ਇਹ ਵਿਆਹ ਦੇ ਨਾਲ ਰਿਲੇਟਡ ਹੀ ਹੈ। ਜੋ ਕੁੜੀ ਇੱਕ ਮੁੰਡੇ ਨੂੰ ਕਹਿ ਰਹੀ ਹੈ, ਹੁਬੜੀ ਟੌਰ ਕੱਢ ਜਾਵੇਂ, ਵੇਖਾਂ ਫੋਟੋਆਂ ਮੈਂ ਤੇਰੀਆਂ, ਵਹਿਮ ਜਿਹੇ ਪਾਉਣ ਮੈਨੂੰ ਸਹੇਲੀਆਂ ਵੇ ਮੇਰੀਆਂ, ਉਹ ਬੜੀ ਟੌਰ ਕੱਢ ਜਾਵੇਂ, ਵੇਖਾਂ ਫੋਟੋਆਂ ਮੈਂ ਤੇਰੀਆਂ, ਵਹਿਮ ਜਿਹੇ ਪਾਉਣ ਮੈਨੂੰ ਸਹੇਲੀਆਂ ਵੇ ਮੇਰੀਆਂ, ਉਹ ਪਾ ਕੇ ਮਾਪਿਆਂ ਨੂੰ ਤਰਲੇ ਲੈ ਜਾਊਗੀ, ਕਿਸੇ ਨੱਚਦਾ ਪਸੰਦ ਆ ਗਿਆ ਤਾਂ, ਵੀ ਜੱਟਾ ਲੋਕਾਂ ਦੇ ਵਿਆਹ ਫਿਰੇ ਵੇਖਦਾ, ਆਪਣੇ ਦਾ ਸੋਚਿਆ ਕਿ ਨਾ, ਵੀ ਜੱਟਾ ਲੋਕਾਂ ਦੇ ਵਿਆਹ ਫਿਰੇ ਵੇਖਦਾ, ਆਪਣੇ ਦਾ ਸੋਚਿਆ ਕਿ ਨਾ, ਉਹ ਕਦੋਂ ਆਪਣੇ ਖੜਾਊ ਮੈਨੂੰ ਤੰਗ ਜਿਹੀ ਰਹਿੰਦੀ ਵੇ, ਫਰੈਂਡਾਂ ਦੇ ਆ ਬੇਬੀਜ਼ ਨਾਲ ਸੈਲਫੀਆਂ ਲੈਂਦੀ ਰੇ, ਉਹ ਕਿਹੜੇ ਜਨਮਾਂ ਦੇ ਲਈ ਨਾ ਇਹ ਤੂੰ ਬਦਲੇ, ਵੇ ਮੇਰੀ ਚੂੜੇ ਨੂੰ ਤਰਸ ਗਈ ਆ ਬਾਂ, ਵੀ ਜੱਟਾ ਲੋਕਾਂ ਦੇ ਵਿਆਹ ਫਿਰੇ ਵੇਖਦਾ, ਆਪਣੇ ਦਾ ਸੋਚਿਆ ਕਿ ਨਾ। ਵਾਹ ਜੀ ਵਾਹ, ਸੁਣ ਕੇ ਲੈ ਕੇ ਆਏ ਗੀਤ ਗੁਰਮੀਤ ਜੀ, ਬਹੁਤ ਵਧੀਆ ਲੱਗਿਆ ਗੁਰਮੀਤ ਜੀ, ਤੁਹਾਡਾ ਗੀਤ ਬਹੁਤ ਸੋਹਣਾ ਸੀਗਾ। ਥੈਂਕ ਯੂ ਥੈਂਕ ਯੂ, ਤੇ ਅੱਜ ਦੀ ਇਹ ਜਿਹੜੀ ਵਿਚਾਰ ਚਰਚਾ ਵੀ ਬਹੁਤ ਵਧੀਆ ਸੀਗੀ। ਤੇ ਹੁਣ ਜਿਸ ਤਰ੍ਹਾਂ ਉਹੀ ਮੈਂ ਇੱਕ ਗੱਲ ਕਰ ਰਹੀ ਹਾਂ ਕਿ ਜਲਦਬਾਜ਼ੀ ਦੀ, ਮੈਂ ਤੁਹਾਨੂੰ ਇੱਕ ਗੱਲ ਦੱਸਦੀ, ਆਪਣੇ ਜਿਸ ਤਰ੍ਹਾਂ ਨੌਜਵਾਨ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇ, ਇਹ ਇੱਕ ਐਸਾ ਫੈਸਲਾ ਆ ਜਿਹਦੇ ਵਿੱਚ ਕਿ ਆਪਾਂ ਬਹੁਤ ਜਲਦਬਾਜ਼ੀ ਕਰਕੇ ਵਿਆਹ ਕਰ ਲੈਂਦੇ ਹਾਂ। ਜ਼ਰੂਰੀ ਨਹੀਂ ਬੱਚਿਆਂ ਵੱਲੋਂ ਹੀ, ਕਈ ਵਾਰ ਪੇਰੈਂਟਸ ਵੱਲੋਂ ਵੀ ਇਹ ਗੱਲ ਹੋ ਜਾਂਦੀ ਹੈ। ਇੱਕ ਤੁਹਾਨੂੰ ਮੈਂ ਵਾਕਿਆ ਦੱਸਦੀ, ਬਹੁਤ ਥੋੜ੍ਹੇ ਦਿਨਾਂ ਦਾ ਆ। ਉਸ ਬੱਚੀ ਦੇ 7 ਬੈਂਡ ਆਏ ਸੀ ਤੇ ਉਹ ਘਰ ਚੋਂ ਗਰੀਬ ਪਰਿਵਾਰ ਦੇ ਵਿੱਚੋਂ ਸੀ ਤੇ ਉਹਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਦਾ ਇੱਕ ਦੋਸਤ ਸੀ, ਉਹਨਾਂ ਨੂੰ ਲੱਗਿਆ ਜਦੋਂ ਕਿ ਇਹਨਾਂ ਦੀ ਬੇਟੀ ਨੇ
ਪੜ੍ਹ ਲਿਆ ਹੈਗਾ ਤੇ 7 ਬੈਂਡ ਆਏ ਆ ਤੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਇੱਕ ਘਰ ਦੀ ਦੱਸ ਪਾਉਂਦੇ ਹਾਂ ਤੇ ਉਹ ਜਿਹੜੇ ਉਹਨਾਂ ਦੇ ਦੋਸਤ ਸੀਗੇ ਉਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਨੂੰ ਦੱਸ ਪਾਈ ਤੇ ਫਾਦਰ ਸਾਹਿਬ ਨੇ ਆਪਣੀ ਗੁੜੀਆ ਨੂੰ ਇਹ ਬੋਲਿਆ ਕਿ ਆਪਾਂ ਜਵਾਬ ਨਹੀਂ ਦੇਣਾ ਘਰ ਬਹੁਤ ਵਧੀਆ ਦੱਸ ਪਾਉਂਦੇ ਪਏ ਆ ਵਧੀਆ ਅਮੀਰ ਘਰ ਦਾ ਬੱਚਾ ਆ ਜਿਹੜਾ ਕਿ ਸਾਨੂੰ ਦੱਸ ਪੈਂਦੀ ਪਈ ਤੇ ਉਹਨਾਂ ਨੇ ਕੁਛ ਹੀ ਟਾਈਮ ਦੇ ਵਿੱਚ ਕੋਈ ਦੇ ਨਹੀਂ ਪਾਇਆ ਥੋੜੇ ਜਿਹੇ ਤੇ ਉਹਨਾਂ ਨੇ ਵਿਆਹ ਕਰ ਦਿੱਤਾ ਕੁੜੀ ਦਾ ਵਧੀਆ ਆਪਦੇ ਵੱਲੋਂ ਵਿਆਹ ਕੀਤਾ ਜਿਵੇਂ ਕਿ ਜਿੰਨੇ ਕਿ ਹੈਸੀਅਤ ਦੇ ਮਾਲਕ ਸੀ ਬਹੁਤ ਵਧੀਆ ਉਸ ਹਿਸਾਬ ਨਾਲ ਵਿਆਹ ਕਰਤਾ ਆਪਣੀ ਬੱਚੀ ਨੂੰ ਗੋਲਡ ਪਾਇਆ ਤੇ ਹਜੇ ਸਿਰਫ 5-6 ਮਹੀਨੇ ਹੋਏ ਆ ਤੇ ਉਹ ਬੱਚੀ ਆਪਣੇ ਪੇਕਿਆਂ ਦੇ ਘਰ 'ਚ ਬੈਠੀ ਹੈ ਉਹ ਵਿਚਾਰੀ ਉੱਥੇ ਘੁੱਟ ਘੁੱਟ ਕੇ ਰਹਿ ਰਹੀ ਸੀ ਕਿਉਂਕਿ ਫਾਦਰ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਜਵਾਬ ਨਹੀਂ ਦੇਣਾ ਵੀ ਘਰ ਵਧੀਆ ਪਰਿਵਾਰ ਵਧੀਆ ਹੈਗਾ ਤੇ ਛਾਣਬੀਨ ਕੀਤੀ ਨਹੀਂ ਉਹ ਜਿਹਦੇ ਕਹਿ ਤੇ ਬਸ ਇੱਕ ਆਪਣਾ ਸਟੈਪ ਰੱਖ ਦਿੱਤਾ ਵੀ ਚਲੋ ਮੇਰਾ ਦੋਸਤ ਕਹਿ ਰਿਹਾ ਤੇ ਠੀਕ ਹੀ ਹੋਏਗਾ ਤੇ ਜਦੋਂ ਇੱਕ ਥੋੜੇ ਟਾਈਮ ਬਾਅਦ ਉਹ ਕੁੜੀ ਦਾ ਭਰਾ ਆਪਣੀ ਭੈਣ ਦੇ ਘਰ ਜਾਂਦਾ ਤੇ ਉਹਦੇ ਘਰ ਵਾਲਾ ਰੱਜਿਆ ਨਸ਼ੇ ਨਾਲ ਛਿੱਟਾ ਲਾ ਕੇ ਤੇ ਡਿੱਗਿਆ ਪਿਆ ਹੁੰਦਾ ਆਪਣੇ ਘਰ ਤੇ ਉਹ ਜਾ ਕੇ ਆਪਣੀ ਭੈਣ ਨੂੰ ਪੁੱਛਦਾ ਤੇ ਫਿਰ ਉਹ ਰੋਂਦੀ ਵੀ ਆ ਤੇ ਆਪਣੇ ਹਾਲ ਵੀ ਬਿਆਨ ਕਰਦੀ ਆ ਕਿ ਇਹ ਤਾਂ ਮੈਂ ਜਿਸ ਦਿਨ ਤੋਂ ਆਈ ਹਾਂ ਮੈਂ ਉਸ ਦਿਨ ਤੋਂ ਹੀ ਇਹ ਸਾਰਾ ਕੁਛ ਦੇਖ ਰਹੀ ਹਾਂ ਪਰ ਮੈਂ ਦੱਸ ਨਹੀਂ ਪਾਈ ਜੋ ਵੀ ਉਹਨਾਂ ਨੇ ਗਹਿਣਾ ਗੱਟਾ ਕੁੜੀ ਨੂੰ ਪਾਇਆ ਉਹਨੇ ਸਾਰਾ ਵੇਚ ਕੇ ਉਹ ਆਪਣੇ ਨਸ਼ੇ ਦੇ ਵਿੱਚ ਬਰਬਾਦ ਕਰ ਦਿੱਤਾ ਔਰ ਉਸ ਬੱਚੀ ਦੀ ਜ਼ਿੰਦਗੀ ਖਰਾਬ ਹੋਈ ਆ ਔਰ ਇੱਥੇ ਪੇਕਿਆਂ ਨੂੰ ਆਪਣੇ ਮਾਂ ਬਾਪ ਨੂੰ ਵੀ ਚਾਹੀਦਾ ਕਿ ਇੰਨੀ ਜਲਦਬਾਜ਼ੀ ਨਾ ਕਰੋ ਕੁੜੀਆਂ ਦੇ ਇਹ ਨਹੀਂ ਜਲਦਬਾਜ਼ੀ ਨਾ ਕਰੋ ਦੂਜੀ ਗੱਲ ਮੈਂ ਇੱਥੇ ਤੁਹਾਡੀ ਗੱਲ ਦੇ ਨਾਲ ਜੋੜਨਾ ਚਾਹੁੰਦੀ ਹਾਂ ਕਿ ਅੱਜ ਕੱਲ ਵੈਸੇ ਜ਼ਮਾਨਾ ਬਦਲ ਗਿਆ ਪਰ ਪਿੰਡਾਂ ਦੇ ਵਿੱਚ ਹਜੇ ਵੀ ਜੀ ਕੁੜੀ ਕਿੱਲਿਆਂ ਨਾਲ ਵਿਆਹੀ ਜਾਂਦੀ ਹੈ ਤੇ ਮੁੰਡਾ ਡਿਗਰੀਆਂ ਨਾਲ ਵਿਆਹਿਆ ਜਾਂਦਾ ਉਹਨਾਂ ਨੂੰ ਉਹਨਾਂ ਦੀ ਇੱਛਾ ਨਹੀਂ ਪੁੱਛੀ ਜਾਂਦੀ ਸਾਹਮਣੇ ਵਾਲੇ ਦਾ ਸੁਭਾਅ ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਵਤੀਰਾ ਨਹੀਂ ਦੇਖਿਆ ਜਾਂਦਾ ਸੁਭਾਅ ਨਹੀਂ ਦੇਖਿਆ ਜਾਂਦਾ ਕੁਛ ਨਹੀਂ ਦੇਖਿਆ ਜਾਂਦਾ ਬਸ ਜਦੋਂ ਕੋਈ ਕਹਿ ਦਿੰਦਾ ਕਿ ਇੰਨੇ ਕਿੱਲੇ ਮੁੰਡੇ ਨੂੰ ਆਉਂਦੇ ਨੇ ਕੁੜੀ ਵੀ ਗੱਲ ਦੱਸੀ ਜਾਂਦੀ ਤਾਂ ਉਹ ਇੰਨੀਆਂ ਮਤਲਬ ਡਿਗਰੀਆਂ ਨੇ ਉਹਦੇ ਕੋਲੇ ਉਸ ਡਿਗਰੀਆਂ ਦਾ ਉਹਨਾਂ ਕਿੱਲਿਆਂ ਦਾ ਉਹਨਾਂ ਨੂੰ ਕੀ ਭਾਅ ਜੇ ਉਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ ਬਣਦੀ ਨਹੀਂ ਬਣਦੀ ਬਿਲਕੁਲ ਇਹ ਬਹੁਤ ਅਹਿਮ ਮੁੱਦਾ ਆ ਅਰਸ਼ ਮੈਂ ਚਾਹੁੰਦੀ ਹਾਂ ਕਿ ਇਹ ਜ਼ਰੂਰ ਧਿਆਨ ਦੇਣ ਬੱਚੇ ਵੀ ਧਿਆਨ ਦੇਣ ਇਸ ਗੱਲ ਵੱਲ ਕਿ ਸਾਨੂੰ ਸੁਣਨਾ ਜ਼ਰੂਰੀ ਹੈ ਕਿਉਂਕਿ ਉੱਥੇ ਵਿਚੋਲੇ ਨੇ ਸਿਰਫ ਤੇ ਸਿਰਫ ਆਪਣਾ ਦੱਸ ਪਾ ਕੇ ਆਪ ਪਿੱਛੇ ਹੋ ਜਾਣਾ ਹੁੰਦਾ ਨਿਭਣਾ ਕਿਵੇਂ ਹੁੰਦਾ ਮਾਂ ਪਿਓ ਵੀ ਕਿਸੇ ਹੱਦ ਤੱਕ ਨਾਲ ਵਿਚਰਦੇ ਨੇ ਨਿਭਣਾ ਕਿੰਨਾ ਨਹੀਂ ਹੈ ਉਹਨਾਂ ਦੋ ਜੀਆਂ ਨੇ ਨਿਭਣਾ ਸੋ ਸਭ ਤੋਂ ਪਹਿਲਾਂ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਹੁਣ ਮੈਂ ਗੱਲ ਕਹਾਂ ਕਿ ਇੱਕ ਦੋ ਵਾਰ ਤਾਂ ਗੱਲ ਕਰੇ ਤੋਂ ਤਾਂ ਸਾਰੇ ਹੀ ਵਧੀਆ ਪੇਸ਼ ਆਉਂਦੇ ਨੇ ਪਤਾ ਤਾਂ ਸਾਨੂੰ ਜਦੋਂ ਅਸੀਂ ਲਗਾਤਾਰ ਕਿਸੇ ਨਾਲ ਗੱਲਬਾਤ ਕਰਦੇ ਹਾਂ ਔਰ ਖੁੱਲ ਕੇ ਗੱਲ ਕਰਦੇ ਹਾਂ ਉਦੋਂ ਲੱਗਦਾ ਵੱਖ ਵੱਖ ਮਸਲਿਆਂ ਤੇ ਗੱਲ ਕਰਦੇ ਹਾਂ ਵੱਖ ਵੱਖ ਵਿਚਾਰਾਂ ਤੇ ਗੱਲ ਕਰਦੇ ਹਾਂ ਸਾਨੂੰ ਪਤਾ ਉਦੋਂ ਲੱਗਦਾ ਕਿ ਸਾਹਮਣੇ ਵਾਲੇ ਦੀ ਸੋਚ ਕੀ ਹੈ ਸਮਝ ਕੀ ਹੈ ਔਰ ਜਿਹਦੇ ਵਿੱਚ ਜ਼ਿੰਦਗੀ ਦੇ ਜਿਵੇਂ ਇਹ ਦੋ ਪਹੀਏ ਨੇ ਪਤੀ ਤੇ ਪਤਨੀ ਇਹ ਪਹੀਏ ਇੱਕੋ ਜਿਹੇ ਹੋਣ ਤਾਂ ਹੀ ਗੱਡੀ ਜਿਹੜੀ ਹੈ ਉਹ ਸੰਤੁਲਨ ਦੇ ਨਾਲ ਚੱਲ ਸਕਦੀ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਕਾਰ ਦਾ ਹੋਵੇ ਤੇ ਇੱਕ ਸਾਈਕਲ ਦਾ ਹੋਵੇ ਬਿਲਕੁਲ ਜੀ ਇਹ ਤਾਂ ਇੱਕ ਉਦਾਹਰਨ ਹੈ ਮਤਲਬ ਇਹਨੂੰ ਅਸੀਂ ਜੇ ਸਮਝਣਾ ਚਾਹੀਏ ਤਾਂ ਸਮਝ ਵੀ ਸਕਦੇ ਹਾਂ ਪਰ ਇਹਦੇ ਵਿੱਚ ਚੰਗੀ ਤਰ੍ਹਾਂ ਦੇਖ ਪਰਖ ਕੇ ਸਭ ਕੁਛ ਕਰਨਾ ਚਾਹੀਦਾ ਕਿਉਂਕਿ ਕੁਛ ਲੋਕ ਕਹਿ ਦਿੰਦੇ ਨੇ ਕਿ ਉਮਰ ਇੰਨੀ ਹੋ ਗਈ ਹੈ ਯੇ ਹੋ ਗਿਆ ਵੋ ਹੋ ਗਿਆ ਕਿਸੇ ਮੈਨੂੰ ਜ਼ਿੰਦਗੀ ਦੀ ਗੱਡੀ ਹੈ ਜਿਹੜੀ ਉਹ ਦੋ ਪਹੀਆਂ ਤੇ ਚੱਲਦੀ ਹੈ ਦੋ ਪਹੀਏ ਇੱਕ ਪਤੀ ਇੱਕ ਪਤਨੀ ਉਹ ਦੋਨੋਂ ਪਹੀਏ ਇੱਕੋ ਜਿਹੇ ਹੋਣੇ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਜੇ ਇੱਕ ਪਹੀਆ ਕਾਰ ਦਾ ਹੋਊਗਾ ਇੱਕ ਸਾਈਕਲ ਦਾ ਹੋਊਗਾ ਤਾਂ ਉਹਦਾ ਸੰਤੁਲਨ ਕਦੀ ਨਹੀਂ ਬਣੂਗਾ ਸੰਤੁਲਨ ਕਦੀ ਨਹੀਂ ਬਣੂਗਾ ਸੋ ਇਸ ਲਈ ਸਾਨੂੰ ਸਾਰੇ ਜਿਹੜੇ ਗੁਣ ਨੇ ਸਾਰੇ ਵਿਚਾਰ ਵਿਵਹਾਰ ਉਹ ਆਪਸ ਦੇ ਵਿੱਚ ਮਿਲਾ ਕੇ ਦੇਖ ਕੇ ਹੀ ਜਿਹੜਾ ਆਪਣਾ ਅੱਗੇ ਵਧਣਾ ਚਾਹੀਦਾ ਕਿਉਂਕਿ ਇਹ ਕੋਈ ਇਹੋ ਜਿਹੀ ਚੀਜ਼ ਤਾਂ ਹੈ ਨਹੀਂ ਕੋਈ ਸੂਟ ਨਹੀਂ ਕੋਈ ਗਹਿਣਾ ਨਹੀਂ ਜੇ ਅਸੀਂ 6 ਮਹੀਨਿਆਂ ਬਾਅਦ ਸਾਲ ਬਾਅਦ ਬਦਲ ਸਕਦੇ ਹਾਂ ਇਹਦੇ ਨਾਲ ਅਸੀਂ ਉਮਰ ਭਰ ਜ਼ਿੰਦਗੀ ਜਿਉਣੀ ਹੁੰਦੀ ਹੈ ਕੱਟਣੀ ਨਹੀਂ ਹੁੰਦੀ ਜਿਉਣ ਕੱਟਣ ਚ ਵੀ ਬਹੁਤ ਫਰਕ ਹੁੰਦਾ ਸੋ ਇਹ ਜਿਹੜਾ ਫੈਸਲਾ ਹੈਗਾ ਇਹ ਬਹੁਤ ਸੋਚ ਕੇ ਲੈਣਾ ਚਾਹੀਦਾ ਕਿਉਂਕਿ ਹੁਣ ਦਾ ਜਿਹੜਾ
ਫੈਸਲਾ ਹੈਗਾ ਇਹਦੇ ਤੇ ਹੀ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਨਿਰਭਰ ਕਰਦੀ ਹੈ। ਬਿਲਕੁਲ ਜੀ, ਕਹਿੰਦੇ ਹੁੰਦੇ ਕਿ ਸੂਰਤ ਦੇਖ ਕੇ ਪਿਆਰ ਨਾ ਕਰੋ, ਸੀਰਤ ਵੀ ਦੇਖੋ। ਬਿਲਕੁਲ ਜੀ ਬਿਲਕੁਲ ਬਿਲਕੁਲ, ਤੁਹਾਡੀਆਂ ਗੱਲਾਂ ਦੇ ਨਾਲ ਹੀ ਐਡ ਕਰਕੇ ਮੇਰੀਆਂ ਕੁਛ ਗੱਲਾਂ ਨੇ ਕਿ ਮੈਂ ਜਿਹੜੇ ਮਾਪੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਕਈ ਮਾਪੇ ਹੁੰਦੇ ਨੇ ਕਿ ਮੁੰਡਾ ਸਾਡਾ ਵਿਗੜਿਆ ਹੋਇਆ ਜਾਂ ਮੁੰਡਾ ਨਸ਼ਾ ਕਰਦਾ, ਇਹਨੂੰ ਵਿਆਹ ਦਿਓ ਤਾਂ ਮੁੰਡਾ ਸਾਡਾ ਠੀਕ ਹੋ ਜਾਊਗਾ। ਤਾਂ ਮੇਰੀ ਇਹ ਗੁਜ਼ਾਰਿਸ਼ ਹੈ, ਰਿਕੁਐਸਟ ਹੈ ਸਾਰੇ ਮਾਪਿਆਂ ਦੇ ਸਾਹਮਣੇ ਪੰਜਾਬ ਦੇ ਜਾਂ ਜਿੱਥੋਂ ਵੀ ਮੈਨੂੰ ਸੁਣ ਰਹੇ ਹੈ ਕਿ ਪਲੀਜ਼ ਜੇ ਤੁਹਾਡਾ ਬੱਚਾ ਕੋਈ ਨਸ਼ਾ ਕਰ ਰਿਹਾ ਜਾਂ ਉਹ ਵਿਗੜਿਆ ਹੋਇਆ ਤਾਂ ਉਹਨੂੰ ਸੁਧਾਰੋ ਤੇ ਉਹਦਾ ਇਲਾਜ ਕਰਵਾਓ, ਨਾ ਕਿ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰੋ। ਬਿਲਕੁਲ, ਤਾਂ ਇਹ ਮੈਂ ਚਾਹੁੰਦਾ ਕਿ ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਸੋ ਇੱਥੇ ਇੱਕ ਕੁੜੀਆਂ ਕੀ ਚਾਹੁੰਦੀਆਂ ਹੁੰਦੀਆਂ ਨੇ, ਕੁੜੀਆਂ ਦੇ ਕੀ ਵਿਚਾਰ ਹੁੰਦੇ ਨੇ, ਉਹ ਮੈਂ 4 ਕੁ ਲਾਈਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਉਹ ਸ਼ੱਕ ਨਾ ਕੋਈ ਕਰਦਾ ਹੋਵੇ, ਉਹ ਸ਼ੱਕ ਨਾ ਕੋਈ ਕਰਦਾ ਹੋਵੇ, ਫਿਕਰਾਂ ਤੋਂ ਨਾ ਹਰਦਾ ਹੋਵੇ, ਹਮ ਹੀ ਮੇਰੀ ਭਰਦਾ ਹੋਵੇ, ਐਸਾ ਸੱਜਣ ਚਾਹੁੰਦੀ ਹਾਂ, ਮਨ ਵਿੱਚ ਮੇਰੇ ਖੁਆਬ ਨੇ ਰੱਖਾਂ, ਬਸ ਕਹਿਣੇ ਤੋਂ ਸ਼ਰਮਾਉਂਦੀ ਹਾਂ। ਗੁਰੂ ਘਰ ਵਿੱਚ ਜਾਂਦਾ ਹੋਵੇ, ਨਸ਼ਾ ਨਾ ਕੋਈ ਖਾਂਦਾ ਹੋਵੇ, ਜਿਵੇਂ ਗੁਰਮੀਤ ਜੀ ਨੇ ਕਿਹਾ ਤਾਂ ਉਹਦੇ ਨਾਲ ਸੰਬੰਧਿਤ ਹੈ। ਗੁਰੂ ਘਰ ਵਿੱਚ ਜਾਂਦਾ ਹੋਵੇ, ਨਸ਼ਾ ਨਾ ਕੋਈ ਖਾਂਦਾ ਹੋਵੇ ਤੇ ਚਿੱਟੇ ਕੁੜਤੇ ਪਾਉਂਦਾ ਹੋਵੇ, ਦਿਲ ਵਿੱਚ ਚਾਹ ਸਜਾਉਂਦੀ ਹਾਂ, ਮਨ ਵਿੱਚ ਮੇਰੇ ਖੁਆਬ ਨੇ ਲੱਖਾਂ, ਐਸਾ ਸੱਜਣ ਚਾਹੁੰਦੀ ਹਾਂ, ਪਰ ਕਹਿਣੇ ਤੋਂ ਸ਼ਰਮਾਉਂਦੀ ਹਾਂ। ਹਸਮੁਖ ਉਹਦਾ ਮੁਖੜਾ ਹੋਵੇ, ਦਿਲ ਵਿੱਚ ਨਾ ਕੋਈ ਦੁਖੜਾ ਹੋਵੇ, ਕਿਉਂਕਿ ਅੱਜ ਕੱਲ੍ਹ ਹਰੇਕ ਦੇ ਦਿਲ ਦੇ ਵਿੱਚ ਕੋਈ ਨਾ ਕੋਈ ਦੁੱਖ ਹੁੰਦਾ ਹੈ। ਸੋ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਘਟਨਾ ਜਿਹੜੀ ਉਹ ਵਾਪਰੀ ਹੁੰਦੀ ਹੈ, ਉਹ ਉਹਦਾ ਬੀਤਿਆ ਹੋਇਆ ਕੱਲ ਹੁੰਦੀ ਹੈ, ਨਾ ਕਿ ਉਹਦਾ ਆਉਣ ਵਾਲਾ ਕੱਲ ਤੇ ਅੱਜ ਹੁੰਦੀ ਹੈ। ਜੋ ਬੀਤ ਚੁੱਕਿਆ ਉਹਨੂੰ ਛੱਡ ਕੇ, ਜਿਹੜੀ ਕਿਸੇ ਦੇ ਵਿੱਚ ਕੋਈ ਉਹਦੇ ਦਿਲ ਦੇ ਵਿੱਚ ਕੋਈ ਤਰੇੜ ਆਈ ਹੈ, ਕੋਈ ਖੋੜ ਹੈ, ਉਹਨੂੰ ਭਰਨ ਦਾ ਕੰਮ ਵੀ ਜਿਹੜਾ ਉਹਦੇ ਸਾਥੀ ਦੁਆਰਾ ਕਰਨਾ ਚਾਹੀਦਾ। ਸੋ ਹਸਮੁੱਖ ਉਹਦਾ ਮੁਖੜਾ ਹੋਵੇ, ਦਿਲ ਵਿੱਚ ਨਾ ਕੋਈ ਦੁਖੜਾ ਹੋਵੇ, ਨੀਤ ਦਾ ਨਾ ਉਹ ਭੁੱਖੜਾ ਹੋਵੇ, ਮਤਲਬ ਜਿਹੜਾ ਦਾਜ ਦੂਜ ਦਾ ਹੈਗਾ ਨਾ ਉਹ ਵੀ ਚੱਕਰ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਕਈ ਵਾਰੀ ਮੈਂ ਬਹੁਤ ਵਾਰ ਦੇਖਿਆ ਕਾਉਂਸਲਿੰਗ ਦੇ ਟਾਈਮ ਵੀ ਮੈਂ ਇਹ ਚੀਜ਼ ਦੇਖਦੀ ਹਾਂ ਕਿ ਕੁੜੀਆਂ ਦੇ ਵਿੱਚ ਇਹ ਚੀਜ਼ ਅਕਸਰ ਦੇਖੀ ਜਾਂਦੀ ਹੈ ਕਿ ਜਦੋਂ ਕੁੜੀ ਮੁੰਡਾ ਆਪਸ ਦੇ ਵਿੱਚ ਗੱਲਬਾਤ ਕਰਨ ਲੱਗ ਜਾਂਦੇ ਨੇ, ਕੁੜੀ ਇੰਨਾ ਕੁ ਅੱਗੇ ਵੱਧ ਚੁੱਕੀ ਹੁੰਦੀ ਹੈ ਕਿ ਉਹ ਮੁੰਡੇ ਨੂੰ ਛੱਡ ਵੀ ਨਹੀਂ ਪਾਉਂਦੀ, ਉਸ ਟਾਈਮ ਤੇ ਆ ਕੇ ਮੁੰਡੇ ਵਾਲਿਆਂ ਵੱਲੋਂ ਦਾਜ ਦੀ ਜਿਹੜੀ ਡਿਮਾਂਡ ਹੈ ਉਹ ਰੱਖੀ ਜਾਂਦੀ ਹੈ, ਇਹ ਉਹਦੇ ਨਾਲ ਸੰਬੰਧਿਤ ਸੀ। ਹਸਮੁਖ ਉਹਦਾ ਮੁਖੜਾ ਹੋਵੇ, ਦਿਲ ਵਿੱਚ ਨਾ ਕੋਈ ਦੁਖੜਾ ਹੋਵੇ, ਨੀਤ ਦਾ ਨਾ ਉਹ ਭੁੱਖੜਾ ਹੋਵੇ, ਸੱਚੀ ਗੱਲ ਸੁਣਾਉਂਦੀ ਹਾਂ, ਮਨ ਵਿੱਚ ਮੇਰੇ ਖੁਆਬ ਨੇ ਲੱਖਾਂ, ਕਹਿਣੇ ਤੋਂ ਸ਼ਰਮਾਉਂਦੀ ਹਾਂ, ਪਰ ਐਸਾ ਸੱਜਣ ਚਾਹੁੰਦੀ ਹਾਂ। ਸੋ ਇਹ ਕੁੜੀਆਂ ਦੇ ਜੋ ਵੀ ਦਿਲ ਦੇ ਵਿੱਚ ਵਲਵਲੇ ਹੁੰਦੇ ਨੇ ਉਹਨਾਂ ਨੂੰ ਮੈਂ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਮੇਰੇ ਤੁਹਾਡੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਅਰਸ਼ਪ੍ਰੀਤ ਜੀ ਔਰ ਹੋਰ ਵੀ ਸਾਡੀਆਂ ਜਿਹੜੀਆਂ ਭੈਣਾਂ ਸਾਡੇ ਨਾਲ ਜੁੜਨਗੀਆਂ ਉਹਨਾਂ ਦੇ ਵੀ ਇਹ ਸਵਾਲ ਦੇ ਵਿੱਚ ਹੀ ਜਵਾਬ ਨੇ, ਤੇ ਗੌਰ ਕੁੜੀਆਂ ਨੂੰ ਵੀ ਫਰਮਾਉਣੀ ਚਾਹੀਦੀ ਹੈ ਜਦੋਂ ਆਪਾਂ ਕਿਸੇ ਦੂਸਰੀ ਫੈਮਿਲੀ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਉਸ ਫੈਮਿਲੀ ਨੂੰ ਵੀ ਅਪਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਬਿਲਕੁਲ ਜੀ ਬਿਲਕੁਲ, ਜਿਹੜਾ ਇੱਕ ਸ਼ਹਿਰੀ ਲਾਈਫ ਸਟਾਈਲ ਕਹਿ ਲਓ ਚਾਹੇ, ਉਹ ਕੁੜੀਆਂ ਨੂੰ ਇਹ ਹੁੰਦਾ ਕਿ ਸਾਨੂੰ ਐਡਜਸਟਮੈਂਟ ਕਰਨੀ ਬਹੁਤ ਔਖੀ ਹੈ। ਨਹੀਂ, ਜਿਹੜਾ ਆਪਾਂ ਪਰਿਵਾਰ ਇੱਕ ਪਰਿਵਾਰ ਛੱਡ ਕੇ ਆਉਂਦੇ ਔਰ ਦੂਸਰੇ ਪਰਿਵਾਰ ਦੇ ਵਿੱਚ ਜਾਂਦੇ ਹਾਂ, ਸਾਨੂੰ ਉਹਨਾਂ ਨਾਲ ਵੀ ਵਿਚਰਨਾ ਆਉਣਾ ਚਾਹੀਦਾ ਆ, ਕਿਉਂਕਿ ਜਦੋਂ ਅਸੀਂ ਪਰਿਵਾਰ ਦੇ ਵਿੱਚ ਵਿਚਰਦੇ ਹਾਂ, ਦੁੱਖ ਸੁੱਖ ਦੇ ਵਿੱਚ ਖੜਦੇ ਹਾਂ, ਤਾਂ ਹੀ ਇੱਕ ਪਰਿਵਾਰ ਸੋਹਣਾ ਬਣਦਾ ਹੈ ਤੇ ਸੰਸਾਰ ਸੋਹਣਾ ਬਣਦਾ ਹੈ। ਸੋ ਇਹ ਦੋਨਾਂ ਲਈ ਠੀਕ ਹੈ, ਮੁੰਡੇ ਲਈ ਵੀ ਤੇ ਕੁੜੀਆਂ ਲਈ ਵੀ, ਜ਼ਰੂਰੀ ਜਿਹੜੀਆਂ ਗੱਲਾਂ ਜ਼ਰੂਰ ਧਿਆਨ 'ਚ ਰੱਖੀਆਂ ਜਾਣ, ਔਰ ਇਹ ਇੱਕ ਜ਼ਿੰਦਗੀ ਦਾ ਅਹਿਮ ਫੈਸਲਾ ਹੈ, ਇਹਨੂੰ ਸੋਚ ਸਮਝ ਕੇ ਹੀ ਲਿਆ ਜਾਵੇ। ਮੇਰੇ ਤੋਂ ਵੈਸੇ ਤੁਸੀਂ ਇਹ ਪੁੱਛ ਲਿਆ, ਮੈਂ ਆਪਣੇ ਵੱਲੋਂ ਵੀ ਦੱਸਦਾ, ਮੈਂ ਕੁੜੀਆਂ ਸਾਰੀਆਂ ਦੇ ਪੱਖ ਤੋਂ ਵੀ ਦੱਸਦਾ, ਹੁਣ ਗੁਰਮੀਤ ਜੀ ਨੂੰ ਪੁੱਛਿਆ ਜਾਵੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਹਦੇ ਬਾਰੇ। ਗੁਰਮੀਤ ਜੀ ਤੁਸੀਂ ਦੋ ਜਵਾਬ ਜੀ। ਹਾਂਜੀ ਬਿਲਕੁਲ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਫੈਸਲਾ ਬਹੁਤ ਸਬਰ ਸੰਤੋਖ ਤੇ ਬਹੁਤ ਹੀ ਸੋਚ ਸਮਝ ਕੇ ਕੀਤਾ ਜਾਵੇ, ਤੇ ਆਪਾਂ ਤਾਂ ਕਿ ਜ਼ਿੰਦਗੀ ਭਰ ਆਪਾਂ ਖੁਦ ਵੀ ਖੁਸ਼ ਰਹੀਏ ਤੇ ਜਿਹੜਾ ਆਪਣੇ ਜੀਵਨ ਚ ਆਉਣ ਵਾਲਾ ਨਵਾਂ ਸਾਥੀ ਹੈ ਉਹਨੂੰ ਵੀ ਆਪਦਾ ਪਰਿਵਾਰਕ ਮੈਂਬਰ ਮੰਨ ਕੇ ਤੇ ਉਹਨੂੰ ਵੀ ਉਨੀ ਹੀ ਖੁਸ਼ ਰੱਖੀਏ ਕਿ ਜਿੰਨਾ ਉਹ ਰਹਿਣਾ ਚਾਹੁੰਦਾ। ਜੇ ਆਪਾਂ ਨੂੰ ਆਜ਼ਾਦੀ ਚਾਹੀਦੀ ਹੈ ਤਾਂ ਉਹਨਾਂ ਨੂੰ ਵੀ, ਪਰ ਆਜ਼ਾਦੀ ਦੀ ਇੱਕ ਹੱਦ ਹੋਵੇ ਕਿ ਆਜ਼ਾਦੀ ਦੇ ਵਿੱਚ ਕੁਛ ਵੀ ਗਲਤ ਨਾ ਹੋਵੇ, ਕਿ ਆਜ਼ਾਦੀ
ਹੋਵੇ, ਪਰ ਆਜ਼ਾਦੀ ਇੱਕ ਖੁਸ਼ੀ ਵਾਲੀ ਆਜ਼ਾਦੀ ਹੋਵੇ ਕਿ ਕੋਈ ਉਹਨੂੰ ਬੋਝ ਨਾ ਲੱਗੇ ਜ਼ਿੰਦਗੀ ਆਪਣੇ ਘਰੇ ਆ ਕੇ। ਤਾਂ ਮੈਂ ਇਹੀ ਚਾਹੁੰਦਾ ਕਿ ਖੁਸ਼ ਮਿਜ਼ਾਜ ਸੁਭਾਅ ਦੇ ਨਾਲ ਆਪਾਂ ਨੂੰ ਸਾਰੀ ਜ਼ਿੰਦਗੀ ਜਿਹੜੀ ਹੈ ਆਪਾਂ ਦੋਨੇ ਰਹੀਏ, ਤਾਂ ਇੱਦਾਂ ਆਪਾਂ ਨੂੰ ਇੱਕ ਦੂਜੇ ਨਾਲ ਰਹਿਣਾ ਚਾਹੀਦਾ। ਦੋਨਾਂ ਨੂੰ ਹੀ ਥੋੜਾ ਥੋੜਾ ਆਪਾਂ ਨੂੰ ਸਮਝਣਾ ਪੈਣਾ, ਤਾਂ ਸਮਝਣ ਦੀ ਇੱਥੇ ਲੋੜ ਹੈ, ਮੈਂ ਇਹੀ ਕਹਿਣਾ ਚਾਹੁੰਦੀ। ਬਿਲਕੁਲ ਜੀ, ਇਹਦੇ ਨਾਲ ਹੀ ਜੁੜਦੀਆਂ ਹੋਈਆਂ ਮੈਂ ਤੁਹਾਡੇ ਨਾਲ ਦੋ ਲਾਈਨਾਂ ਸਾਂਝੀਆਂ ਕਰਦੀ ਹਾਂ। ਕਹਿੰਦੇ, ਬਹੁਤੀ ਲੰਮੀ ਚੌੜੀ ਗੱਲ ਨਹੀਂ, ਬਹੁਤੀ ਲੰਮੀ ਚੌੜੀ ਗੱਲ ਨਹੀਂ, ਬਸ ਇੰਨਾ ਹੈ ਮੈਂ ਕਹਿਣਾ, ਸਾਰੀ ਉਮਰ ਸਾਥ ਰਹੇ ਤੇਰਾ ਬਣ ਕੇ ਮੇਰਾ ਗਹਿਣਾ। ਦੁੱਖ ਸੁੱਖ ਜ਼ਿੰਦਗੀ ਦੇ ਚੱਲਦੇ ਰਹਿਣੇ, ਦੁੱਖ ਸੁੱਖ ਜ਼ਿੰਦਗੀ ਦੇ ਚੱਲਦੇ ਰਹਿਣੇ, ਇਕੱਠਿਆਂ ਹੱਸ ਹੱਸ ਬਹਿਣਾ, ਜ਼ਿੰਦਗੀ ਤੇ ਹਰ ਮੋੜ ਤੇ ਸਜਣਾ, ਤੇਰੇ ਨਾਲ ਮੈਂ ਫੌਜ ਮੈਂ ਰਹਿਣਾ। ਮਾਹੀ ਦੇ ਬੋਲਾਂ ਦੇ ਨਾਲ ਮੈਂ, ਮਾਹੀ ਦੇ ਬੋਲਾਂ ਦੇ ਨਾਲ ਮੈਂ ਪਿਆਰ ਦਾ ਅਲਖ ਜਗਾਉਣਾ, ਆਪਾਂ ਦੋਵਾਂ ਨੇ ਰਲ ਕੇ ਸਜਣਾ ਘਰ ਨੂੰ ਸਵਰਗ ਬਣਾਉਣਾ, ਆਪਾਂ ਦੋਵਾਂ ਨੇ ਰਲ ਕੇ ਸਜਣਾ ਘਰ ਨੂੰ ਸਵਰਗ ਬਣਾਉਣਾ। ਕਿਉਂਕਿ ਜੇ ਆਪਣੇ ਦੋਵਾਂ ਦੀ ਸੋਚ ਮਿਲੂਗੀ ਤਾਂ ਅਸੀਂ ਸਾਰੇ ਘਰ ਨੂੰ ਖੁਸ਼ ਰੱਖ ਸਕਦੇ ਹਾਂ, ਤੇ ਜੇ ਸਾਡੇ 'ਚ ਤੂੰ ਤੜਕ ਚੱਲਦੀ ਰਹੀ ਤੇ ਸਾਡਾ ਪਰਿਵਾਰ ਵੀ ਜਿਹੜਾ ਪਰੇਸ਼ਾਨ ਹੁੰਦਾ ਆ, ਸਾਡੇ ਬੱਚੇ ਵੀ ਪਰੇਸ਼ਾਨ ਹੁੰਦੇ ਤੇ ਅਸੀਂ ਆਪ ਹੀ ਪਰੇਸ਼ਾਨ ਹੁੰਦੇ, ਔਰ ਕਈ ਰੋਗ ਆਪਣੇ ਅੰਦਰ ਆਪਾਂ ਲਾ ਲੈਂਦੇ ਹਾਂ, ਉਹ ਇਹੀ ਵਜ੍ਹਾ ਆ ਜਦੋਂ ਦੂਜੇ ਨਾਲ ਖੁੱਲ ਕੇ ਗੱਲ ਹੀ ਨਹੀਂ ਕਰ ਪਾਉਂਦੇ। ਤੇਰ ਮੇਰ ਨੂੰ ਛੱਡ ਕੇ ਅਸੀਂ ਵਾਲਾ ਤੇ ਆਪਾਂ ਵਾਲਾ ਜਿਹੜਾ ਹੈਗਾ ਉਹ ਅਪਣਾ ਲੈਣਾ ਚਾਹੀਦਾ ਕਿ ਤੂੰ ਮੈਂ ਸਾਡੇ ਇੱਧਰ ਤੇਰੇ ਮੇਰੇ, ਉਹ ਗੱਲਾਂ ਸਾਰੀਆਂ ਛੱਡ ਦੇਣੀਆਂ ਚਾਹੀਦੀਆਂ ਨੇ। ਜਦੋਂ ਇਕੱਠੇ ਹੋ ਗਏ ਤਾਂ ਅਸੀਂ ਹੋ ਗਏ ਤੇ ਆਪਾਂ ਹੋ ਗਏ, ਬਸ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਜੀ ਜੀ ਜੀ, ਜਦੋਂ ਸਾਨੂੰ ਇਹ ਸੋਚ ਦੇ ਨਾਲ ਅਸੀਂ ਆਪਾਂ ਰਲ ਕੇ ਚੱਲਦੇ ਹਾਂ ਨਾ, ਫਿਰ ਅਸੀਂ ਹਰ ਜ਼ਿੰਦਗੀ ਦਾ ਦੁੱਖ ਸੁੱਖ ਇਕੱਠੇ ਦੇਖ ਸਕਦੇ ਔਰ ਹੱਸ ਕੇ ਜ਼ਿੰਦਗੀ ਇਹ ਵਧੀਆ ਨਿਕਲ ਸਕਦੇ। ਬਸ ਛੋਟੀਆਂ ਛੋਟੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਆ, ਫਿਰ ਵੀ ਜੇ ਕੁਛ ਸਾਡੇ ਕੋਲੋਂ ਇਸ ਸ਼ੋਅ ਦੇ ਵਿੱਚ ਵੱਧ ਘੱਟ ਉੱਚਾ ਨੀਵਾਂ ਬੋਲਿਆ ਹੋਵੇ ਤਾਂ ਸ਼ਮਾ ਚਾਹੁੰਦੇ ਹਾਂ ਜੀ, ਮਾਫ਼ੀ ਚਾਹੁੰਦੇ ਹਾਂ। ਅਖੀਰ ਦੇ ਵਿੱਚ ਮੈਂ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਸਰੋਤਿਓ, ਤੁਹਾਡੇ ਬਿਨਾਂ ਇਹ ਸ਼ੋਅ ਅਧੂਰਾ ਹੈ। ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਰਾਹੀਂ ਜ਼ਰੂਰ ਦਿਓ, ਵਿਚਾਰ ਵੀ ਦਿਓ ਤੇ ਸੁਝਾਅ ਵੀ ਦਿਓ, ਇਹ ਸਾਡੇ ਲਈ ਬਹੁਤ ਲਾਹੇਵੰਦ ਨੇ। ਔਰ ਇਸ ਸ਼ੋਅ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਿਲਕੁਲ ਜੀ, ਤਾਂ ਜੋ ਅਸੀਂ ਹੋਰ ਨਵੇਂ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ ਤੇ ਤੁਹਾਡੇ ਵਿਚਾਰਾਂ ਨੂੰ ਅਸੀਂ ਆਪਣੇ ਵਿਚਾਰਾਂ ਦੇ ਨਾਲ ਰਲਾ ਕੇ ਅੱਗੇ ਵੱਧਦੇ ਰਹੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਅਰਸ਼ਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਗੁਰਮੀਤ ਸਰ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।